ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੈਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਮੇਰੇ ਨਾਲ ਨੇ ਸਟੂਡੀਓਸ ਦੇ ਵਿੱਚ ਰਾਇਲ ਟ੍ਰੈਵਲਸ ਤੋਂ ਅਰਵਿੰਦਰ ਸਿੰਘ ਵੈਲਕਮ ਟੂ ਦਾ ਸ਼ੋਅ ਥੈਂਕ ਯੂ ਸਰ ਥੈਂਕ ਯੂ ਸੋ ਮਚ ਬਾਰ ਸ਼ੁਕਰੀਆ ਸਰ ਨੂੰ ਤੇ ਬੁਲਾਉਣ ਲਈ ਆ ਤੁਹਾਡੇ ਮਾਦੇ ਬਹੁਤ ਸਾਰੀਆਂ ਜਾਣਕਾਰੀਆਂ ਸਟੂਡੈਂਟਸ ਨਾਲ ਪੇਰੈਂਟਸ ਨਾਲ ਲੋਕਾਂ ਦਾ ਸਭ ਦੇ ਨਾਲ ਪਹੁੰਚਦੀਆਂ ਨੇ ਸੋ ਯੂ ਆਰ ਡੂਇੰਗ ਅ ਵੰਡਰਫੁਲ ਜੌਬ ਥੈਂਕ ਯੂ ਸਰ ਸੋ ਥੈਂਕ ਯੂ ਵੈਰੀ ਮਚ ਸੋ ਜਾਣਕਾਰੀ ਆਪਾਂ ਇੱਕ ਸ਼ੁਰੂਆਤ ਵਿੱਚ ਹੀ ਦੇ ਦੇਣੇ ਕਿਉਂਕਿ ਬੈਕਲੌਗ ਐਪਲੀਕੇਸ਼ਨਸ ਦਾ ਬਹੁਤ ਜਲਦੀ ਕੱਟਦੀ ਪਈ ਹੈ ਅਮਰੀਕਨ ਗਵਰਨਮੈਂਟ ਤਾਂ ਹੁਣ ਸਾਡੇ ਜੋ ਦਰਸ਼ਕ ਨੇ ਇਹ ਜਾਨਣਾ ਚਾਹੁੰਦੇ ਨੇ ਕਿ ਜਿਹੜੀਆਂ ਇੰਟਰਵਿਊ स्लots ਨੇ ਉਹਦੀਆਂ ਡੇਟਸ ਕਿਡੀਆਂ ਆ ਰਹੀਆਂ ਨੇ ਇਹ ਉਹ फटाफट ਜਾਨਣਾ ਚਾਹੁੰਦੇ ਨੇ ਬੇਸਿਕਲੀ ਹਾਲੇ B1 B2 ਦੀਆਂ ਅਪਾਇੰਟਮੈਂਟਸ ਹਾਲੇ ਸ਼ੁਰੂ ਨਹੀਂ ਕੀਤੀਆਂ ਇਹਨਾਂ ਨੇ ਐਂਡ ਵੀ ਆਰ ਐਕਸਪੈਕਟਿੰਗ ਇਟ ਵੈਰੀ ਸੂਨ ਅ ਅਪ੍ਰੈਲ ਦੇ ਵਿੱਚ ਵਿੱਚ ਕਿਤੇ ਨਾ ਕਿਤੇ ਅਨਾਉਂਸਮੈਂਟ ਜ਼ਰੂਰ ਹੋਏਗਾ ਔਰ ਜਦੋਂ ਅਨਾਉਂਸ ਹੋਏਗਾ ਇਹ ਆਫੀਸ਼ੀਅਲੀ ਅਨਾਉਂਸ ਹੋਏਗਾ ਹੁਣ ਬਿਕੋਜ਼ ਸਮਰ ਜਿੱਦਾਂ ਅਸੀਂ ਬਾਰ ਬਾਰ ਕਹਿੰਨੇ ਕਿ ਸਮਰ ਇਜ਼ ਅ ਬਿਗ ਸੀਜ਼ਨ ਬਿਗ ਟਾਈਮ ਬਿਗ ਫੈਸਟਿਵ ਬਿਗ ਵੀਜ਼ਾਸ ਸੋ ਸਭ ਪਾਸੇ ਇਟਸ ਗੋਣਾ ਬੀ ਬਿਗ ਸੋ ਇਸ ਕਰਕੇ ਸਮਰ ਦੇ ਵਿੱਚ ਵੀਜ਼ਾਸ ਬਹੁਤ ਦੇਣੇ ਹੁੰਦੇ ਸੋ ਅਲਟੀਮੇਟਲੀ ਟਾਈਮ ਹੈਜ਼ ਕਮ ਕਿ ਜਦੋਂ ਅਸੀਂ ਇੰਟਰਵਿਊਜ਼ ਦੀ ਗੱਲ ਕਰੀਏ ਬਾਇਓਮੈਟ੍ਰਿਕਸ ਦੀ ਗੱਲ ਕਰੀਏ ਤੇ ਉਹ ਆਉਣ ਵਾਲੀਆਂ ਨੇ ਔਰ ਅਗਰ ਸਟੂਡੈਂਟਸ ਦੀ ਗੱਲ ਕਰੀਏ ਸਟੂਡੈਂਟਸ ਲਈ ਇਹ ਰੈਗੂਲਰਲੀ ਮਿਲ ਰਹੀਆਂ ਨੇ ਸਟੂਡੈਂਟਸ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਕੋਈ ਹਿਕਪਸ ਨਹੀਂ ਹੈਗੇ ਸਟੂਡੈਂਟਸ ਦੇ ਕੋਲ ਆਪਸ਼ਨ ਹੁੰਦੀ ਹੈ ਕਿ ਉਹ ਪੰਜ ਕੌਂਸਲੇਟਸ ਵਿੱਚੋਂ ਕਿਤੇ ਵੀ ਜਾ ਸਕਦੇ ਨੇ ਚਾਹੇ ਦਿੱਲੀ ਜਾ ਸਕਦੇ ਨੇ ਬੰਬੇ ਚੇਨਈ ਅ ਅ ਦੈਨ ਹਾਇਦਰਾਬਾਦ ਹੈ ਸੋ ਕਿਸੇ ਪਾਸੇ ਵੀ ਜਾ ਸਕਦੇ ਆ ਸੋ ਜਿਹੜੇ ਟੂਰਿਸਟ ਆ ਟੂਰਿਸਟ ਦੇ ਕੋਈ ਲਿਮਿਟੇਸ਼ਨ ਹੁੰਦੀਆਂ ਕਿ ਉਹਨਾਂ ਨੇ ਆਪਣੇ ਕੌਂਸਲੈਟ ਦੇ ਨਾਲ ਹੀ ਜਾਣਾ ਹੁੰਦਾ ਸਭ ਤੋਂ ਵੱਧ ਐਪਲੀਕੇਸ਼ਨ ਜਿਹੜੀਆਂ ਨੇ ਦਿੱਲੀ ਕੌਂਸਲੈਟ ਦੇ ਕੋਲ ਜਾਂਦੀਆਂ ਨੇ ਜਿਹੜੀਆਂ V1 V2 ਦੀਆਂ ਨੇ ਸੋ ਇਸ ਕਰਕੇ ਵੀ ਆਰ ਐਕਸਪੈਕਟਿੰਗ ਇਟ ਵੈਰੀ ਸੂਨ ਔਰ ਜਿਹੜੀਆਂ ਇਮੀਗ੍ਰੈਂਟਸ ਦੀਆਂ ਕੇਸਸ ਨੇ ਉਹ ਉਹਨਾਂ ਦੀਆਂ ਅਪਾਇੰਟਮੈਂਟਸ ਨਹੀਂ ਆ ਰਹੀਆਂ ਬਟ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਅਸੀਂ ਸੋਰਸ ਕਰ ਰਹੇ ਆ ਔਰ ਉਹ ਵੀ ਕੇਸਸ ਸਕਸੈਸਫੁਲ ਹੋ ਰਹੇ ਨੇ ਸੋ ਇਮੀਗ੍ਰੈਂਟ ਕੇਸਸ ਨੋਨ ਇਮੀਗ੍ਰੈਂਟ ਕੇਸਸ ਸੋ ਆਲਮੋਸਟ ਇਹ ਵਾਲਾ ਸੀਜ਼ਨ ਜਿਹੜਾ ਸਭ ਦੇ ਲਈ ਚੰਗਾ ਸਮਾਂ ਲੈ ਕੇ ਆ ਰਿਹਾ ਵੈਰੀ ਨਾਈਸ ਸੋ ਸਾਡੇ ਈਵਰਸ ਬੜੇ ਖੁਸ਼ ਹੋ ਗਏ ਹੋਣਗੇ ਕਿਉਂਕਿ ਉਹਨਾਂ ਦੀਆਂ ਐਪਲੀਕੇਸ਼ਨਸ ਨੂੰ ਬਹੁਤ ਜਲਦੀ ਡੇਟਸ ਮਿਲਣ ਵਾਲੀਆਂ ਨੇ ਸੋ ਗੈਟ ਰੈਡੀ ਜਲਦੀ ਇੰਟਰਵਿਊ ਦੀ ਡੇਟਸ ਤੁਹਾਡੇ ਸਾਹਮਣੇ ਹੋਣਗੀਆਂ ਸੋ ਗੱਲ ਇਹ ਹੈ ਕਿ ਅਰਵਿੰਦਰ ਜੀ ਕੇ ਬਹੁਤ ਲੋਕ ਜਾਣਦੇ ਨੇ ਯੂ ਐਸ اے ਸਟੱਡੀ ਵਾਸਤੇ ਹੋਰ ਵੀ ਕੰਟਰੀਜ਼ ਨੇ ਜਿੱਥੇ ਜਾਇਆ ਜਾ ਸਕਦਾ ਪਰ ਯੂ ਐਸ اے ਨੂੰ ਪ੍ਰੋਪਰ ਪ੍ਰਿਫਰ ਕਰਦੇ ਨੇ ਸਾਡੇ ਮੋਸਟਲੀ ਇੰਡੀਅਨਸ ਪੰਜਾਬੀਜ਼ ਉੱਥੇ ਜਾਂਦੇ ਨੇ US ਕਿਉਂਕਿ ਉਹ ਹੱਬ ਬਣਿਆ ਹੋਇਆ ਸਾਡੇ ਵਾਸਤੇ ਐਜੂਕੇਸ਼ਨ ਦਾ ਫਰਸਟ ਨੰਬਰ ਤੇ ਆਉਂਦਾ ਹੈ ਚਾਈਨਾ ਸੈਕਿੰਡ ਤੇ ਅਸੀਂ ਆਦਾ ਸੋ ਨਹੀਂ ਅਸੀਂ ਬੇਸਿਕਲੀ ਆਊਟ ਨੰਬਰ ਹੋ ਗਏ ਹੁਣ ਚਾਈਨਾ ਤੋਂ ਵੀ ਵੀ ਆਕ੍ਰੋਸਡ ਇਟ ਸੋ ਅਲਟੀਮੇਟਲੀ ਜਿਹੜੀ ਸਾਡੀ ਕਮਿਊਨਿਟੀ ਹੈ ਹੁਣ ਇਟ ਇਜ਼ ਆਊਟ ਨੰਬਰ ਇਨ ਟਰਮਸ ਆਫ ਵੀਜ਼ਾਸ ਵੀਜ਼ਾ ਸਾਨੂੰ ਵੱਧ ਮਿਲ ਰਹੇ ਨੇ ਇਸ ਸਮੇਂ ਦੇ ਵਿੱਚ ਔਰ ਸੰਦੀਪ ਜੀ ਤਿੰਨ ਚਾਰ ਕਾਰਨ ਹੈ ਜਿਹੜਾ US ਹਮੇਸ਼ਾ ਪ੍ਰਿਫਰਡ ਰਹਿੰਦਾ ਹੈ ਦੇਖੋ ਕੈਨੇਡਾ ਦੀ ਇੱਕ ਪੰਡਿਕੂਲਰ ਇੱਕ ਕਲਾਸ ਹੈ ਕਿ ਕੈਨੇਡਾ ਦੇ ਵਿੱਚ ਪਲੱਸ 2 ਵਾਲਾ ਸਟੂਡੈਂਟ ਹੈ 6 ਪੈਂਡ ਵਾਲਾ ਹੈ ਸਿਰਫ ਉਹੀ ਇੱਕ ਸੋਰਸ ਕਰ ਸਕਦਾ ਹੈ ਜ ਔਰ ਕੈਨੇਡਾ ਚ ਉਹਨਾਂ ਲਈ ਵੀਜ਼ਾ ਆਸਾਨ ਨੇ ਸੋ ਜਿਹੜੀਆਂ ਐਪਲੀਕੇਸ਼ਨਸ ਇਸ ਫਰੇਮ ਚ ਨਹੀਂ ਆਉਂਦੀਆਂ ਉਹ ਸਾਰੀਆਂ ਐਪਲੀਕੇਸ਼ਨਸ ਯੂਐਸ ਲੈ ਲੈਂਦਾ ਹੈ ਹਾਂ ਸੋ ਅਲਟੀਮੇਟਲੀ ਇੱਕ ਬਿਗ ਚੰਕ ਕਾਫੀ ਵੱਡਾ ਚੰਕ ਹੁੰਦਾ ਹੈ ਔਰ ਫਿਰ ਦੂਸਰੀ ਗੱਲ ਪੂਰਾ ਪੂਰੇ ਦਾ ਪੂਰਾ ਇੰਡੀਆ ਹਾਂ ਇਕੱਲਾ ਪੰਜਾਬ ਦੇ ਬਿਕੋਜ਼ ਕੈਨੇਡਾ ਦੀਆਂ ਜਿਹੜੀਆਂ 60% ਐਪਲੀਕੇਸ਼ਨਸ ਆ ਕੱਲੀਆਂ ਪੰਜਾਬ ਤੋਂ ਜਾਂਦੀਆਂ ਨੇ ਸੋ ਅਗਰ ਕੈਨੇਡਾ ਲੱਖ ਵੀਜ਼ਾ ਦੇ ਰਿਹਾ ਸਮਝ ਲਓ ਚ 60% ਜਿਹੜੇ ਨੇ ਉਹ ਕੱਲੇ ਪੰਜਾਬ ਦੇ ਐਪਲੀਕੈਂਟਸ ਨੇ ਹਾਂ ਹਾਂ ਸੋ ਵੇਅਰ ਐਸ ਯੂਐਸ ਵਿੱਚ ਤਕਰੀਬਨ ਪੂਰੇ ਦਾ ਪੂਰਾ ਇੰਡੀਆ ਦੀ ਪਾਰਟਿਸਪੇਸ਼ਨ ਹੈ ਔਰ ਉਹਦੇ ਤਿੰਨ ਚਾਰ ਕਾਰਨ ਜਿਹੜੇ ਨੇ ਮੈਂ ਇੱਕ ਇੱਕ ਕਰਕੇ ਦੱਸ ਰਿਹਾ ਸੋ ਪਹਿਲੀ ਗੱਲ ਹੈ ਕਿ ਅ ਅਕੈਡੈਮਿਕ ਸਟਰੈਂਥ ਦਾ ਬਹੁਤ ਜ਼ਿਆਦਾ ਰੋਲ ਨਹੀਂ ਹੈਗਾ ਸੋ ਪਹਿਲਾ ਪੁਆਇੰਟ ਤੇ ਇਹ ਹੀ ਹੈ ਕਿ ਜਿਸ ਤਰੀਕੇ ਨਾਲ ਕੈਨੇਡਾ ਨੂੰ 60% 55% ਜਾਂ ਯੂਕੇ ਨੂੰ ਪਰਸੈਂਟੇਜ ਆਸਟ੍ਰੇਲੀਆ ਨੂੰ 65% ਸੋ ਹਰ ਇੱਕ ਦੀ ਇੱਕ ਫਿਕਸ ਪਰਸੈਂਟੇਜ ਹੈ ਕਿ ਇਸ ਤੋਂ ਥੱਲੇ ਕਿਸੇ ਨੇ ਐਪਲੀਕੇਸ਼ਨ ਨਹੀਂ ਲੈਣੀ ਹਮ ਹਮ ਅ ਯੂਐਸ ਦੇ ਵਿੱਚ ਆਈ ਨੈਵਰ ਮੈਂਟ ਕਿ ਦੇ ਕੁਆਲਿਟੀ ਕੰਪਰੋਮਾਈਜ਼ ਕਰਦੇ ਆ ਬਟ ਯੂਐਸ ਆਪਣੀ ਤਾਕਤ ਆਪਣੀ ਸਟਰੈਂਥ ਪਛਾਣਦਾ ਆ ਸੋ ਇਹ ਕੀ ਕਰਦੇ ਨੇ ਸਟੂਡੈਂਟ ਨੂੰ ਆਪਣੇ ਜਿਹੜੇ ਪ੍ਰੀਵੀਅਸ ਕ੍ਰੈਡਿਟਸ ਆ ਜੋ ਵੀ ਉਹਨੇ ਪੜਾਈ ਕੀਤੀ ਆ ਉਹਦੇ ਅਕੋਰਡਿੰਗ ਐਡਮਿਸ਼ਨ ਦੇ ਦਿੰਦੇ ਆ ਸੋ ਉਸ ਤੋਂ ਬਾਅਦ ਸਟੂਡੈਂਟ ਦੀ ਜਿਹੜੀ ਜਿਹੜੀ ਐਡਮਿਸੀਬਿਲਟੀ ਆ ਉਹ ਐਕਚੁਅਲੀ ਯੂਨੀਵਰਸਿਟੀ ਪਹੁੰਚ ਕੇ ਹੁੰਦੀ ਆ ਹਾਂ 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 ਸੋ ਕਈ ਵਾਰੀ ਯੂਨੀਵਰਸਿਟੀਆਂ ਵਿੱਚ ਲਾਈਕ ਉਹਨੂੰ ਅਗਰ ਰეკਮੈਂਡ ਹੁੰਦਾ ਕਿ ਇਹਨੂੰ ਕੋਈ ਫਰਦਰ ਕੋਈ ਲਾਈਕ ਕੋਈ ਟਾਪ-ਅੱਪ ਪ੍ਰੋਗਰਾਮ ਦੇਣਾ ਤਾਂ ਉਹਨੂੰ ਉਹ ਵੀ ਦਿੱਤਾ ਜਾਂਦਾ ਬਟ ਜਿਹੜਾ ਜਨਰਲ ਤਰੀਕਾ ਹੈ ਡਿਸਕ੍ਰਿਮੀਨੇਸ਼ਨ ਆਈ ਊਡ ਸੇ ਕਿ ਜਦੋਂ ਤੈਨੂੰ ਡਿਗਰੀ ਚ ਪਾਸ ਕਰਤਾ ਹੈ ਯੂਐਸ ਲਈ ਤੁਸੀਂ ਪਾਸ ਹਾਂ ਅਚਾ ਚਾ ਤੁਹਾਡੀ ਪਰਸੈਂਟੇਜ ਲੋ ਹੈ ਹਮ ਹਮ ਔਰ ਇਸ ਪਰਸੈਂਟੇਜ ਦਾ ਤੁਹਾਡਾ ਵੀਜ਼ਾ ਉੱਪਰ ਇਫੈਕਟ ਨਹੀਂ ਹੁੰਦਾ ਇਹ ਇਕਲੌਤਾ ਕਲਾ ਯੂਐਸ ਵਿੱਚ ਹੁੰਦਾ ਹੈ ਓਕੇ ਬਾਕੀ ਕੰਟਰੀਸ ਵਿੱਚ ਵੀਜ਼ਾ ਆਫੀਸਰ ਵੇਖੇਗਾ ਬਿਕੋਜ਼ ਯੂ ਆਰ ਨਾਟ ਪਾਰਟ ਆਫ ਦਾ ਵੀਜ਼ਾ ਅਪਲੀਕੇਸ਼ਨ ਤੁਸੀਂ ਘਰ ਬੈਠੇ ਹੋ ਅਪਲੀਕੇਸ਼ਨ ਤੁਹਾਡੀ ਆਨਲਾਈਨ ਲੱਗੀ ਹੈ ਤੇ ਤੁਹਾਨੂੰ ਕੰਸਲਟੈਂਟ ਨੇ ਕਿਹਾ ਤਾਂ ਜੀ ਤੁਹਾਡੀ ਅਪਲੀਕੇਸ਼ਨ ਬਹੁਤ ਵਧੀਆ ਐ ਸਦਨ ਲਈ ਤੁਹਾਡੇ ਹੱਥ ਜਿਵੇਂ ਰਿਫਿਊਜ਼ਲ ਫੜਾਤੀ ਸੋ ਯੂਐਸ ਵਿੱਚ ਕੀ ਹੈ ਕਿ ਤੁਸੀਂ ਇਸ ਐਪਲੀਕੇਸ਼ਨ ਪ੍ਰੋਸੈਸ ਦਾ ਹਿੱਸਾ ਹੋ ਓਕੇ ਤੁਹਾਡੇ ਹੱਥ ਅਕੈਡਮਿਕਸ ਨਹੀਂ ਸੋਰਸ ਕੀਤੇ ਤੁਹਾਡੇ ਕੋਲ ਜਿਹੜੀ ਅੰਬੈਸੀ ਹੈ ਤੁਹਾਡੇ ਕੋਲ ਅਕੈਡਮਿਕਸ ਨਹੀਂ ਇਸ ਤਰੀਕੇ ਨਾਲ ਫੜ ਕੇ ਕਲਾ ਕਲਾ ਵੈਲਿਊਏਟ ਕਰਦੀ ਕਿ ਕਿੰਨੇ ਵਿੱਚ ਨੰਬਰ ਹੈ 33 ਨੇ ਵਿੱਚ 35 ਨੇ ਵਿੱਚ 45 ਨੇ ਇਸ ਤਰੀਕੇ ਨਾਲ ਨਹੀਂ ਸੋ ਤੁਸੀਂ ਐਡਮਿਸ਼ਨ ਦਾ ਕਰਾਈਟੇਰੀਆ ਕ੍ਰਾਸ ਕਰ ਲਿਆ ਤੁਸੀਂ ਯੂਨੀਵਰਸਿਟੀ ਐਕਸੈਪਟ ਹੋਗੇ ਥੈਟਸ ਇਟ ਇਸ ਤੋਂ ਬਾਅਦ ਅਕੈਡਮਿਕਸ ਦੀ ਲੋਡ ਨਹੀਂ ਹੈਗੀ ਬਿਕਾਜ਼ ਅਕੈਡਮਿਕਸ ਦੀ ਇਵੈਲੂਏਸ਼ਨ ਤਾਂ ਕਮ ਯੂਨੀਵਰਸਿਟੀ ਦਾ ਸੀਗਾ ਓਕੇ ਦੇ ਡਿਡ ਇਟ ਸੋ ਤੁਹਾਡਾ ਕੰਮ ਹੈਗਾ ਕਿ ਜਿਹੜਾ ਵੀਜ਼ਾ ਆਫੀਸਰ ਤੁਹਾਨੂੰ ਤੁਹਾਡੇ ਪ੍ਰੋਗਰਾਮ ਦੇ ਸਬੰਧਤ ਸਵਾਲ ਪੁੱਛੇਗਾ ਹੂੰ ਹੂੰ ਉਹ ਹਰ ਚੀਜ਼ ਪੁੱਛੇਗਾ ਜਿਹੜੀ ਡਾਇਰੈਕਟਲੀ ਸਿੱਧੇ ਤੌਰ ਤੇ ਤੁਹਾਡੇ ਨਾਲ ਸਬੰਧਤ ਆ ਸੋ ਤੁਹਾਡਾ ਪ੍ਰੋਗਰਾਮ ਕਿਹੜਾ ਸੀ ਕਿਉਂ ਲਿਆ ਇਹ ਪੜ ਕੇ ਕੀ ਕਰਨਾ ਇਤੇ ਇੰਨੀ ਕਾਸਟ ਲੱਗ ਰਹੀ ਹੈ ਇਹਦਾ ਤੁਹਾਨੂੰ ਰਿਕਵਰੀ ਮਾਡਲ ਕੀ ਦਿਖ ਰਿਹਾ ਹੈ ਤੁਹਾਡੀ ਪ੍ਰੋਗਰੈਸ਼ਨ ਕੀ ਆ ਬਾਕੀ ਸਾਰੇ ਦੇ ਸਾਰੇ ਕੰਟਰੀਜ਼ ਦੇ ਵੀਜ਼ਾ ਦੇਣ ਦਾ ਫਾਰਮੂਲਾ ਸੀ ਉਹਨੂੰ ਬੋਲਦੇ ਆ ਅਕੈਡੈਮਿਕ ਪ੍ਰੋਗਰੈਸ਼ਨ ਅਕੈਡੈਮਿਕ ਪ੍ਰੋਗਰੈਸ਼ਨ ਕੀ ਕਿ 10ਵੀਂ ਕੀਤੀ 12ਵੀਂ ਕੀਤੀ ਬੀਏ ਕੀਤੀ ਐਮਏ ਕੀਤੀ ਸੋ ਸੋ ਆਨ ਹੂੰ ਹੂੰ ਸੋ ਯੂਐਸ ਦੇ ਵਿੱਚ ਅਗਰ ਤੁਹਾਡੇ ਕੋਲ ਦੂਸਰਾ ਕਾਰਨ ਹੈ ਕਿ ਤੇ ਆ ਪਹਿਲੀ ਚੀਜ਼ ਤੇ ਤੁਹਾਡੀ ਜਿਹੜੀ ਅਕੈਡਮਿਕਸ ਦੀ ਅਗਰ ਉੱਪਰ ਆ ਥੱਲੇ ਆ ਡਸਨਟ ਮੈਟਰ ਰਾਈਟ ਸੋ ਉਹਦਾ ਤੁਹਾਡੇ ਵੀਜ਼ਾ ਉੱਪਰ ਇਫੈਕਟ ਨਹੀਂ ਆਉਂਦਾ ਸੋ ਐਸ ਲੌਂਗ ਐਸ ਤੁਸੀਂ ਪਾਸ ਹੋ ਪਾਸ ਹੋ ਦੂਸਰਾ ਕਾਰਨ ਮੰਨਦਾ ਕਿ ਤੁਹਾਡੇ ਕੋਲ ਬਾਕੀ ਸਾਰੇ ਕੰਟਰੀਜ਼ ਦੇ ਵਿੱਚ ਜਿਹੜੀ ਫਾਰਮੂਲਾ ਆ ਉਹ ਕਲਾ ਅਕੈਡੈਮਿਕ ਪ੍ਰੋਗਰੈਸ਼ਨ ਆ ਅਕੈਡੈਮਿਕ ਪ੍ਰੋਗਰੈਸ਼ਨ ਦਾ ਮਤਲਬ ਹੈ ਕਿ ਤੁਸੀਂ ਪੜਦੇ ਪੜਦੇ ਗਾਂਧੀਆਂ ਪੜਨ ਲੱਗ ਗਏ ਸੋ ਯੂਐਸ ਵਿੱਚ ਤੁਸੀਂ ਪੜੇ ਤੁਹਾਡੀ ਬ੍ਰੇਕ ਲੱਗੀ ਤੁਸੀਂ ਕੰਮ ਕਰ ਕੀਤਾ ਉਸ ਤੋਂ ਬਾਅਦ ਤੈਨੂੰ ਅੱਜ 10 ਸਾਲ ਬਾਅਦ ਲੱਗਦਾ ਕਿ ਤੈਨੂੰ ਪੜ੍ਹਾਈ ਦੀ ਲੋੜ ਹੈ ਤੁਸੀਂ ਜੈਨੂਇਨ ਸਟੂਡੈਂਟ ਹੋ ਆਹਾਂ ਹਾਂ ਦੁਨੀਆ ਦੀ ਕੋਈ ਐਮਬੈਸੀ ਤੈਨੂੰ ਜੈਨੂਇਨ ਸਟੂਡੈਂਟ ਨਹੀਂ ਮੰਨਦੀ ਬਾਕੀ ਜਦਕਿ ਇਹ ਸਭ ਤੋਂ ਵੱਧ ਜੈਨੂਇਨਟੀ ਹੈ ਮੇਰਾ ਕਲਾਸਮੇਟ ਹੈ ਹਵ ਅ ਫਰੈਂਡ ਸੋ ਲਾਈਕ ਹੀ ਡਿਡ ਐਮਬੀਬੀਐਸ ਐਮਬੀਬੀਐਸ ਤੋਂ ਬਾਅਦ ਨੇ ਬਾਇਓ ਮੈਡੀਕਲ ਇੰਜੀਨੀਅਰਿੰਗ ਕੀਤੀ ਦੈਨ ਹੀ ਇਸ ਪ੍ਰੈਕਟਿਸਿੰਗ ਐਂਡ ਟੂਡੇ ਐਟ ਦਾ ਏਜ ਆਫ 45 ਉਨੇ ਲਾਈਕ ਰੇਡੀਓਗ੍ਰਾਫੀ ਪ੍ਰੋਗਰਾਮ ਚ ਐਡਮਿਸ਼ਨ ਲਈ ਹੈ बिकॉज ਹੀ ਇਜ਼ ਵਰਕਿੰਗ ਸੋ ਇਹ ਚੀਜ਼ਾਂ ਅਸੀਂ ਸਾਡੇ ਸਮਾਜ ਚ ਸੋਚ ਨਹੀਂ ਸਕਦੇ ਸਾਨੂੰ ਆਡ ਲੱਗੇਗਾ ਬਟ ਯੂਐਸ ਵਿੱਚ ਇਹ ਚੀਜ਼ਾਂ ਬਹੁਤ ਪੋਸੀਬਲ ਨੇ ਕਿ ਇਨ ਕੇਸ ਐਟ ਐਨੀ ਪੁਆਇੰਟ ਆਫ ਟਾਈਮ ਯੂ ਫੀਲ ਲਾਈਕ ਕਿ ਤੁਹਾਨੂੰ ਫਰਦਰ ਪੜ੍ਹਨਾ ਚਾਹੀਦਾ ਹੈ ਯੂ ਰਿਮੇਨ ਗੁੱਡ ਸਟੂਡੈਂਟ ਕੋਈ ਦਾ ਬਹੁਤ ਵਧੀਆ ਸੋ ਸੋ ਜਿਹੜੀ ਜਿਹੜੀ ਤੁਹਾਡੀ ਕੈਰੀਅਰ ਪ੍ਰੋਗਰੈਸ਼ਨ ਉਹ ਇਕਲੌਤਾ ਕਲਾ ਯੂਐਸ ਸਮਝਦਾ ਮਚੁਰ ਸਟੂਡੈਂਟ 40 ਸਾਲ ਦਾ ਸਟੂਡੈਂਟ ਹੈ ਸੋ ਤੁਹਾਨੂੰ ਪਰ ਤੁਹਾਡੀ ਨੋਲੇਜੇਬਲ ਜਰੂਰ ਹੋਵੇ ਇਹ ਡਸਨਟ ਮੀਨ ਕਿ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਾ ਕੇ ਟੂਰਿਸਟ ਅਪਲਾਈ ਕਰੋ ਇਦਾਂ ਨਹੀਂ ਹੈ ਸੋ ਇਨ ਕੇਸ ਯੂ ਆਰ ਅ ਲੌਜੀਕਲ ਸਟੂਡੈਂਟ ਏਜ ਮੈਟਰ ਨਹੀਂ ਕਰਦੀ ਤੁਹਾਡੀ ਮਾਰਕਸ ਮੈਟਰ ਨਹੀਂ ਕਰਦੇ ਸੋ ਮੈਟਰ ਕੀ ਕਰਦਾ ਤੁਹਾਡੀ ਲੈਂਗੁਏਜ ਅਬਿਲਟੀ ਕਲੀ ਦ ਵੇ ਯੂ ਕਮਿਊਨੀਕੇਟ ਤੁਸੀਂ ਬੋਲ ਸਕਦੇ ਹੋ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਸਭ ਤੋਂ ਵੱਧ ਮੈਟਰ ਕਰਦੀ ਹੈ ਉਹ ਵੀ ਤੁਹਾਡੇ ਫੁੱਟੇ ਦੇ ਉੱਪਰ ਲਿਖਿਆ ਹੋਇਆ ਵੀ 6.5 ਹੈਗੇ ਆ 8 ਹੈਗੇ ਆ 7 ਹੈਗੇ ਆ ਇਹ ਵੀ ਨਹੀਂ ਰਿਕੁਆਇਰਡ ਯਾ ਯਾ ਬਿਕਾਜ਼ ਇ ਫਿਜ਼ੀਕਲ ਐਪਲੀਕੈਂਟ ਨੂੰ ਜਾਣ ਕੇ ਗੱਲਬਾਤ ਕਰਕੇ ਵੀਜ਼ਾ ਦੇਣ ਵਾਲੀ ਐਮਬੈਸੀ ਆ ਸੋ ਦੁਨੀਆ ਦੇ ਵਿੱਚ ਕੋਈ ਐਮਬੈਸੀ ਇਸ ਤਰੀਕੇ ਨਾਲ ਐਪਲੀਕੇਸ਼ਨਸ ਨੂੰ ਪ੍ਰੋਸੈਸ ਨਹੀਂ ਕਰਦੀ ਸੋ ਯੂਐਸ ਦਾ ਜਿਹੜਾ ਤਰੀਕਾ ਆ ਉਹ ਪੂਰੀ ਦੁਨੀਆ ਤੋਂ ਅਲੱਗ ਹੈ ਔਰ ਆਈ ਊਡ ਸੇ ਇਹ ਸਭ ਤੋਂ ਬਿਹਤਰੀਨ ਹੈ ਬਿਕਾਜ਼ ਅਗਰ ਤੁਹਾਡੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਸੋ ਇੱਥੇ ਤੁਸੀਂ ਮੰਗ ਕੇ ਲੈ ਸਕਦੇ ਹੋ ਤੁਸੀਂ ਗੱਲਬਾਤ ਕਰਕੇ ਲੈ ਸਕਦੇ ਹੋ ਸੋ ਰਾਦਰ ਤਾਂ ਕਿ ਅਸੀਂ बिकॉज ਇੱਕ ਪਾਸੇ ਹਿੱਟ ਐਂਡ ਟ੍ਰਾਇਲ ਮੈਥਡ ਦੇ ਉੱਪਰ ਕੈਨੇਡਾ ਨੂੰ ਕਦੀ ਫਾਈਲ ਪਾਤੀ ਕਦੀ ਆਸਟ੍ਰੇਲੀਆ ਨੂੰ ਪਾਤੀ ਕਦੀ ਅਮਰੀਕਾ ਨੂੰ ਪਾਤੇ ਆਮ ਨਾਟ ਟਾਕਿੰਗ ਅਬਾਊਟ ðiਸ ਸਟੂਡੈਂਟਸ ਹਮ 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 ਇੱਥੇ ਹੈ ਕਿ ਅਗਰ ਇਫ ਯੂ ਨੋ ਯੋਰ ਵਰਥ ਇਫ ਯੂ ਨੋ ਯੋਰ ਵੈਲਿਊ बिकॉज ਯੂਐਸ ਦਾ ਕੰਮ ਕੀ ਹੈ ਕਿ ਯੂਐਸ ਪੂਰੀ ਦੁਨੀਆ ਦੇ ਵਿੱਚੋਂ ਬ੍ਰੇਨ ਡਰੇਨ ਕਰਨ ਵਾਲਾ ਕੰਟਰੀ ਹੈ ਪੂਰੀ ਦੁਨੀਆ ਦਾ ਇੰਟੈਲੈਕਟ ਮਾਈਂਡ ਇੰਪੋਰਟ ਕਰਨ ਵਾਲਾ ਕੰਟਰੀ ਹੈ ਯੈਸ ਯੈਸ ਸੋ ਇਸ ਕਰਕੇ ਇੰਟੈਲੈਕਟ ਇੰਪੋਰਟ ਕਰਨ ਦਾ ਦੋ ਫਾਰਮੂਲੇ ਨੇ ਇੱਕ ਹੈਗਾ ਐਚ 1 ਐਚ 1 ਕਾਸਟ ਕਰਦਾ ਹੈ H1 ਦੇ ਉੱਪਰ ਉੱਥੋਂ ਪੈਸਾ ਨਿਕਲਦਾ ਆ H1 ਦੇ ਉੱਪਰ ਤੁਹਾਨੂੰ ਪੇ ਕਰਨਾ ਪੈਂਦਾ ਆ ਦੂਸਰਾ ਹੈਗਾ F1 ਇਹ ਤੁਹਾਨੂੰ ਪੇ ਕਰਦਾ ਆ ਇਹ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ ਲੈ ਕੇ ਆਉਂਦਾ ਆ ਫੀਸ ਲੈ ਕੇ ਆਉਂਦਾ ਸੋ ਇਸ ਕਰਕੇ ਇਸ ਕੈਟਾਗਰੀ ਨੇ ਬਹੁਤ ਜ਼ਿਆਦਾ ਗਰੋ ਕੀਤਾ ਜਿਹੜੀ F1 ਕੈਟਾਗਰੀ ਹੈ ਸਟੂਡੈਂਟ ਕੈਟਾਗਰੀ ਹੈ ਨੇ ਕਾਫੀ ਗਰੋ ਕੀਤਾ ਓਵਰ ਦਾ ਈਅਰਸ ਅਸੀਂ ਇਹਦੀ ਬਹੁਤ ਗਰੋਥ ਵੇਖੀ ਆ ਔਰ ਬੇਸਿਕਲੀ ਯੂਐਸ ਪਾਇਨੀ ਰਿਹਾ ਯੂਐਸ ਸ਼ੁਰੂਆਤੀ ਕਰਨ ਵਾਲਾ ਮੁਲਕ ਰਿਹਾ ਯੂਐਸ ਨੇ ਸਭ ਤੋਂ ਵੱਧ ਲੈ ਕੇ ਜਿਹੜੇ ਰੂਲਸ ਨੇ 20 ਆਵਰਸ ਵਾਲਾ ਵਰਕਿੰਗ ਹੈ ਸੋ ਇੰਟਰਨੈਸ਼ਨਲ ਸਟੂਡੈਂਟ ਹੈ ਸੋ ਇਹ ਸਾਰੇ ਤਕਰੀਬਨ ਲਾਜ਼ ਜਿਹੜੇ ਫਰੇਮ ਕੀਤੇ ਯੂਐਸ ਵਿੱਚ ਹੀ ਹੋਏ ਆ ਸੋ ਟਫਲ ਇੰਗਲਿਸ਼ ਇੰਗਲਿਸ਼ ਦਾ ਪੈਰਾਮੀਟਰ ਇੱਕ ਚੈੱਕ ਕਰਨ ਨੂੰ ਸੋ ਉਸ ਤੋਂ ਬਾਅਦ ਹਾਈਲਾਈਟਸ ਬਹੁਤ ਸਾਲਾਂ ਬਾਅਦ ਬਣਿਆ ਜਾ ਕੇ ਸੋ ਤਕਰੀਬਨ ਜਿਨੇ ਜੀਆਰਈ ਜੀਮੈਟ ਸੈਟ ਸਬ ਟੈਸਟ ਬੇਸਿਕਲੀ ਯੂਐਸ ਦੇ ਰਹੇ ਆ ਸੋ ਯੂਐਸ ਦੁਰੀਆਂ ਨੇ ਸਭ ਤੋਂ ਵੱਧ ਯੂਨੀਵਰਸਿਟੀਆਂ ਰਹੀਆਂ ਆ ਸੋ ਅੱਜ ਵੀ ਅਗਰ ਅਸੀਂ ਟੌਪ 100 ਦੀ ਗੱਲ ਕਰੀਏ ਤਾਂ ਉਹਦੇ ਚ ਬਹੁਤ ਸਾਰੀਆਂ ਯੂਐਸ ਯੂਨੀਵਰਸਿਟੀਆਂ ਨੇ ਸੋ ਆਲਟੀਮੇਟਲੀ ਅਗਰ ਅਸੀਂ ਯੂਐਸ ਨੂੰ ਮੱਕਾ ਆਫ ਸਟੂਡੈਂਟਸ ਕਹੀ ਯਾ ਸਟੂਡੈਂਟਸ ਹੀ ਸਟੂਡੈਂਟ ਕੈਪੀਟਲ ਆਫ ਦਾ ਵਰਲਡ ਕਹੀਏ ਤੇ ਇਦੇ ਚ ਕੋਈ ਵੀ ਅਤਕਤ ਨਹੀਂ ਹੈ ਇੰਦੀਆਂ ਸੋ ਇਹ ਆਪਣੇ ਨਾਮ ਨੂੰ ਪੂਰਾ ਜਸਟੀਫਾਈ ਕਰਦਾ ਔਰ ਯੈਸ ਸਟੂਡੈਂਟਸ ਲਈ ਇਹ ਮੱਕਾ ਆ ਬਿਕਾਜ਼ ਇਸ ਤੋਂ ਜ਼ਿਆਦਾ ਸੀ ਇਮ ਪ੍ਰੈਕਟੀਕਲ ਐਜੂਕੇਸ਼ਨ ਹੋਰ ਕਿਤੇ ਪਾਸੇ ਨਹੀਂ ਵੇਖਦੇ ਉਸ ਤੋਂ ਬਾਅਦ ਜਿਹੜੀ ਵੈਲਿਊ ਫਾਰ ਅ ਮਨੀ ਥੈਟ ਯੂ ਆਰ ਗੋਇੰਗ ਟੂ ਸਪੈਂਡ ਔਨ ਐਜੂਕੇਸ਼ਨ ਉਹ ਹੋਰ ਕਿਤੇ ਨਹੀਂ ਹੈਗੀ ਮੈਂ ਇਹ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿਉਂਕਿ ਥੋੜਾ ਐਕਸਪੀਰੀਅੰਸ ਹੈ ਹਰ ਰੋਜ਼ ਆਫਿਸ ਦੇ ਵਿੱਚ ਨਵੇਂ ਤਰ੍ਹਾਂ ਦੇ ਲੋਕ ਆਉਂਦੇ ਹੋਣਗੇ ਜਾਂ ਮੇਰੇ ਤਰ੍ਹਾਂ ਦੇ ਕੇਸਿਸ ਆਉਂਦੇ ਹੋਣਗੇ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਸਮਝ ਨਾ ਹੋਵੇ ਤਾਂ ਇੱਕ ਐਗਜ਼ਾਮਪਲ ਨਾਲ ਅਸੀਂ ਬਹੁਤ ਅਚੰਗੀ ਤਰ੍ਹਾਂ ਨੂੰ ਸਮਝਦੇ ਹਾਂ ਔਰ ਮੈਂ ਚਾਹਾਂਗਾ ਕਿ ਸਾਡੇ ਆਡੀਅנס ਨੂੰ ਤੁਸੀਂ ਸਾਡੇ ਵਿਊਅਰਸ ਨੂੰ ਤੁਸੀਂ ਕੁਝ ਐਦਾਂ ਦੇ ਕੇਸ ਸਟਡੀ ਦੇ ਤੌਰ ਤੇ ਕੋਈ ਦੱਸੋ ਕਿ ਕੋਈ ਇੰਟਰਸਟਿੰਗ ਕੇਸ ਆਇਆ ਹੋਵੇ ਵਿਜ਼ਨ ਨੂੰ ਲੈ ਕੇ ਜਿਸ ਤੋਂ ਉਹਨਾਂ ਨੂੰ ਕਲੈਰਿਟੀ ਹੋਰ ਜ਼ਿਆਦਾ ਹੋ ਜਾਏਗੀ ਯੂਐਸ ਵਿੱਚ ਬਹੁਤ ਅਕਸਰ ਰੈਗੂਲਰ ਰੁਟੀਨ ਪ੍ਰੋਸੈਸ ਬਿਕਾਜ਼ ਜਿਦਾਂ ਲਾਈਕ ਲਾਸਟ ਈਅਰ ਵੀ ਹੈਡ ਅ ਸਟੂਡੈਂਟ ਐਮਬੀਬੀਐਸ ਕਰ ਰਹੀ ਸੀ ਲੜਕੀ ਐਂਡ ਲਾਈਕ ਸ਼ੀ ਕੁਡਨਟ ਕਲੀਅਰ ਇਟ ਐਂਡ ਜਦੋਂ ਸਾਡਾ ਓਪਨ ਅਪ ਹੋਇਆ ਸ਼ੀ ਕੇਮ ਟੂ ਮੀ ਕਿ ਸਰ ਆਈ ਵਾਟ ਟੂ ਗੋ ਫॉर ਹਾਇਰ ਐਜੂਕੇਸ਼ਨ ਯੂਐਸ ਐਮਬੀਬੀਐਸ ਕਰ ਰਹੀ ਏ ਕੁੜੀ ਐਂਡ ਲਿਟਰਲੀ ਯਕੀਨ ਮਨਨੇ ਕਿ ਸਾਡੇ ਬੱਚਿਆਂ ਨੂੰ ਵੀ ਪਤਾ ਹੈ ਕਿ ਐਮਬੀਬੀਐਸ ਡਾਇਰੈਕਟ ਐਡਮਿਸ਼ਨ ਦਾ ਕੀ ਮਤਲਬ ਹੈ ਔਰ ਸਾਨੂੰ ਸਭ ਨੂੰ ਇਸ ਗੱਲ ਦੀ ਸਮਝ ਆ ਲਿਟਰਲੀ ਮੈਂ ਉਹਨੂੰ ਬੁਰਾ ਭਲਾ ਬੋਲਿਆ ਕਿ ਬੱਚੇ ਯੂਅਰ ਬlesਟ ਕਿ ਤੈਨੂੰ ਇਸ ਉਮਰ ਦੇ ਵਿੱਚ ਤੈਨੂੰ ਡਾਇਰੈਕਟ ਐਡਮਿਸ਼ਨ ਮਿਲੀ ਹੈ ਸੋ ਥਿਸ ਇਜ਼ ਬlesਸਿੰਗ ਫਾਰ ਯੂ ਐਂਡ ਯੂਅਰ ਫੈਮਿਲੀ ਕਿ ਤੈਨੂੰ ਡਾਇਰੈਕਟ ਐਡਮਿਸ਼ਨ ਮਿਲੀ ਹੈ ਨੀਟ ਦਾ ਐਗਜ਼ਾਮ ਤੋਂ ਬਾਅਦ ਮਤ ਸ਼ੀ ਸੈਡ ਕਿ ਆਈ ਫਾਈਂਡ ਡਿਫਿਕਲਟੀਜ਼ ਮੇਰੇ ਕੋ ਕਲੀਅਰ ਨਹੀਂ ਹੋ ਰਹੀ ਹੈ ਤੇ ਮੈਂ ਕਹਿੰਦਾ ਇਦਾਂ ਨਹੀਂ ਕਰੀਦਾ ਹੁੰਦਾ ਗੋ ਐਂਡ ਗਿਵ ਗਿਵ ਯੂਰ ਸੈਲਫ ਸਮ ਟਾਈਮ ਸੋ ਸਮਾਂ ਇਦਾਂ ਦਾ ਰਿਹਾ ਸੋ ਆਪਣੇ ਆਪ ਨੂੰ ਥੋੜਾ ਬਹੁਤ ਟਾਈਮ ਦੇ ਤੇ ਕੋਈ ਗੱਲ ਨਹੀਂ ਮੈਂ ਲਿਟਰਲੀ ਮਤਲਬ ਬੁਰਾ ਭਲਾ ਕਹਿ ਕੇ ਤੋਰਤਾ ਓਕੇ ਐਂਡ ਨੈਕਸਟ ਸਮੈਸਟਰ ਉਸ ਤੋਂ ਬਾਅਦ ਸ਼ੀ ਅਗੇਨ ਕੇਮ ਦਿਸ ਈਅਰ ਹੂੰ ਹੂੰ ਹੁਣ ਐਂਡ ਸ਼ੀ ਸੈਡ ਮਤਲਬ ਤਹੀ ਯਕੀਨ ਨੇ ਮਨੋ ਕੇ ਤੇ ਐਕਸਪ੍ਰੈਸ਼ਨ ਸੀ ਕਿ ਸਰ ਨਹੀਂ ਹੁੰਦੀ ਹੁਣ ਦੱਸੋ ਮਤਲਬ ਆਈ ਹੈਵ ਗਿਵਨ एवरीथिंग ਨਹੀਂ ਹੋ ਰਹੀ ਸਟਰੋਂਗਲੀ ਯੈਸ ਸੋ ਅਸੀਂ ਉਹਦਾ ਲਾਈਕ ਅਦਰਕੋਲ 6 ਸਾਲ ਦਾ ਗੈਪ ਸੀਗਾ ਸਟੂਡੈਂਟ ਦੇ ਕੋਲ ਬਿਕਾਜ਼ ਆਫ ਐਮਬੀਬੀਐਸ 6 ਸਾਲ ਹੋ ਗਏ ਸੀ ਉਹਨੂੰ ਕੰਟੀਨਿਊਸਲੀ ਕਰਦੇ ਨੂੰ ਐਂਡ ਦੈਨ ਅਸੀਂ ਉਹਨੂੰ ਬੀਐਸਸੀ ਹੈਲਥਕੇਅਰ ਦੇ ਵਿੱਚ ਅਸੀਂ ਨੋਰਮਲ ਐਡਮਿਸ਼ਨ ਲੈ ਗਏ ਐਂਡ ਸ਼ੀ ਲਾਈਕ ਗਾਟ ਹਰ ਵੀਜ਼ਾ ਹੇਅਰ ਸੋ ਇਦਾਂ ਦਾ ਹੀ ਇੱਕ ਅਸੀਂ ਲਾਸਟ ਐਪੀਸੋਡ ਵੀ ਡਿਸਕਸ ਕੀਤਾ ਸੀਗਾ ਕਿ 32 ਸਾਲ ਦੀ ਲੜਕੀ ਸੀ ਨਾਲ 3 ਸਾਲ ਦੀ ਡਾਕਟਰ ਸੀਗਾ ਸੀ ਉਹ ਵੀ ਇੱਕ ਵਨ ਆਫ ਦਾ ਲਾਈਕ ਮੋਸਟ ਚੈਲੈਂਜਿੰਗ ਸਟੂਡੈਂਟ ਸੀਗਾ ਹੂੰ ਹੂੰ 2 ਸਾਲ ਪਹਿਲਾਂ ਸਾਡੇ ਕੋਲ ਇੱਕ ਸਟੂਡੈਂਟ ਸੀਗਾ ਲਾਈਕ ਸ਼ੀ ਵਾਸ ਅਗੇਨ 33 ইয়ার্স ਆਫ এজ অর ਉਹਨੇ ਬੀਏ ਕੀਤੀ ਹੋਈ ਸੀ ਨਾਰਮਲ ਬੀਏ ਔਰ 10 ਸਾਲ ਦੇ ਗੈਪ ਤੋਂ ਬਾਅਦ 10-11 ਸਾਲ ਦਾ ਗੈਪ ਸੀਗਾ ਐਂਡ ਅਸੀਂ ਅਪਲਾਈ ਕੀਤਾ ਔਰ ਯਕੀਨ ਮੈਨੂੰ ਜਿਹੜੀਆਂ ਪ੍ਰੋਗਰੈਸ਼ਨਸ ਅਸੀਂ ਐਮਬੈਸੀ ਭੇਜਦੇ ਸਟੂਡੈਂਟਸ ਨੂੰ ਪ੍ਰਿਪੇਅਰ ਕਰਕੇ ਲਿਟਰਲੀ ਵੀਜ਼ਾ ਆਫੀਸਰ ਨਾਲ ਗੱਲਬਾਤ ਕਰਦੇ ਉਹਨੇ ਇਹ ਕਿਹਾ ਕਿ ਵੀ ਮੈਨੂੰ ਇੱਕਦਮ ਮੇਰੀਆਂ ਅੱਖਾਂ ਖੁੱਲੀਆਂ ਕਿ ਮੈਨੂੰ ਹੁਣ ਪੜ੍ਹਨਾ ਚਾਹੀਦਾ ਓਕੇ ਆਈ ਡਿਡਨਟ ਵਰਕ ਮੈਂ ਕੁਝ ਨਹੀਂ ਕੀਤਾ ਨਾ ਮੈਂ ਪੜ੍ਹੀ ਨਾ ਕੁਝ ਕੀਤਾ ਬਟ ਆਈ ਰੈਡਨ ਆਰਟੀਕਲ ਉਹਦੇ ਚ ਇਹ ਚੀਜ਼ਾਂ ਸੀਗੀਆਂ ਕਿ ਮੈਨੂੰ ਇੱਕ ਕੰਪਨੀ ਦਾ ਲੱਭਾ ਦੈਨ ਆਈ ਫੈਲਟ ਲਾਈਕੀ ਮੈਂ ਕੰਪ ਦੈਨ ਆਈ ਥੌਟ ਕਿ ਮੈਂ ਇਦਾਂ ਦਾ ਹੀ ਕੁਛ ਨਾ ਕੋਈ ਸੈਟਅਪ ਕਰਨਾ ਆ ਐਂਡ ਫਾਈਨਲੀ ਮਤਲਬ ਲਾਈਕ ਇਹ ਰਸੀ ਨੂੰ ਪ੍ਰੋਗਰੈਸ਼ਨਸ ਬੋਲਦੇ ਆ ਜਿਹੜੀਆਂ ਜਿਹੜੀਆਂ ਪ੍ਰੋਗਰੈਸ਼ਨਸ ਦਾ ਮਤਲਬ ਹੁੰਦਾ ਕਿ ਤੁਹਾਡੀ ਲਾਈਫ ਪ੍ਰੋਗਰੈਸ ਕਰ ਰਹੀ ਆ ਔਰ ਇੱਕ ਚੀਜ਼ ਹੈ ਜੇ ਅਸੀਂ ਜ਼ਰੂਰੀ ਹੈ ਜਿਹੜਾ ਸਟੂਡੈਂਟਸ ਨੇ ਦੇਣੀ ਹੁੰਦੀ ਹੈ ਅਗਰ ਕੋਈ ਸਟੂਡੈਂਟਸ ਇੰਟਰਵਿਊ ਵਾਲੇ ਪਾਸੇ ਸੋਚ ਵੀ ਰਹੇ ਨੇ ਤਾਂ ਤੁਸੀਂ ਕਦੀ ਵੀ ਕਿਸੇ ਵੀ ਕੰਟਰੀ ਦੇ ਵਿੱਚ ਜਦੋਂ ਤੁਸੀਂ ਆਪਣੀ ਇੰਟਰਵਿਊਜ਼ ਪ੍ਰੀਪੇਅਰ ਕਰਦੇ ਹੋ ਆਪਣੀਆਂ ਪ੍ਰੋਗਰੈਸ਼ਨਸ ਲਿਖਦੇ ਹੋ ਆਪਣੀਆਂ ਐਸਓਪੀਜ਼ ਲਿਖਦੇ ਹੋ ਇੱਕ ਚੀਜ਼ ਜਿਹੜੀਆਂ ਜਨਰਲੀ ਸਾਰੇ ਸਟੂਡੈਂਟਸ ਮਿਸ ਕਰਦੇ ਆ ਉਹ ਹੈਗੀ ਆ ਰਿਟਰਨ ਔਨ ਇਨਵੈਸਟਮੈਂਟ ਅਹਾ ਅਸੀਂ ਇਹ ਭੁੱਲ ਜਾਨੇ ਕਿ ਅਗਰ ਮੇਰਾ 1 ਸਾਲ ਦਾ ਖਰਚਾ ਵੀ 25 ਲੱਖ ਰੁਪਇਆ ਆ ਅਗਰ ਮੇਰੀ 4 ਸਾਲ ਦੀ ਡਿਗਰੀ ਹੋਣੀ ਆ ਕਰੋੜ ਰੁਪਇਆ ਮੇਰੇ ਕੈਰੀਅਰ ਦੇ ਉੱਪਰ ਲੱਗਣ ਲੱਗਾ ਆ ਇਹ ਕਰੋੜ ਰੁਪਇਆ ਮੇਰੇ ਲਾਈਫ ਚ ਵਾਪਸ ਕਿੱਦਾਂ ਆਣਾ ਆ ਹੂੰ 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 ਸੋ ਇਹਨੂੰ ਅਸੀਂ ਰੈਵਨਿਊ ਮਾਡਲ ਕਹਿੰਦੇ ਆ ਇਹ ਰੈਵਨਿਊ ਮਾਡਲ ਜਰਨਲੀ ਸਟੂਡੈਂਟਸ ਮਿਸ ਕਰਦੇ ਨੇ ਸਾਰੇ ਜਿਹਦਾ ਕਰਕੇ ਵੀਜ਼ਾ ਰਿਜੈਕਸ਼ਨ ਹੁੰਦੀ ਆ ਸੋ ਅਗਰ ਤੁਸੀਂ ਇਸੇ ਚੀਜ਼ ਨੂੰ ਅੱਜ ਰੈਵਨਿਊ ਮਾਡਲ ਬਣਾ ਲਓ ਇੱਕ ਇਹਦਾ ਕੋਈ ਨਾ ਕੋਈ ਯਾ ਕਿ ਯੈਸ ਆਰ ਜਰਨਲੀ ਜਿਹੜੇ ਸਟੂਡੈਂਟਸ ਫੇਲ ਹੁੰਦੇ ਨੇ ਜਰ ਸਭ ਤੋਂ ਰਟਿਆ ਰਟਾਇਆ ਜਵਾਬ ਆਈਲ ਕਮ ਬੈਕ ਟੂ ਇੰਡੀਆ ਲ ਫਾਈਂਡ ਅ ਗੁੱਡ ਜੌਬ ਇਨ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਮੈਂ ਜੌਬ ਕਰੂੰਗਾ ਅ ਲਾਈਕ ਸਡਨਲੀ ਐਸ ਆਸਕ ਸਟੂਡੈਂਟਸ ਕਿ ਮੈਂ ਲਾਈਕ ਹਾਊ ਮਾਚ ਡੂ ਯੂ ਐਕਸਪੈਕਟ ਯੂ ਆਰ ਗੋਇੰਗ ਟੂ ਅਰਨ ਇਨ ਐਮ ਐਨ ਸੀ ਕਿ ਕਿੰਨੀ ਤਨਖਾਹ ਲੱਗੂਗੀ 50000 ਲੱਗੂਗੀ ਲੱਖ ਰੁਪਏ ਲੱਗੂਗੀ ਸਪੋਜ਼ ਲੱਖ ਰੁਪਏ ਵੀ ਲੱਗ ਗਏ ਤੇ ਉਹ ਜਿਹੜਾ ਕਰੋੜ ਰੁਪਏ ਖਰਚਾ ਤੁਸੀਂ ਦਿਖਾਇਆ ਐਮਬੈਸੀ ਨੂੰ ਕਿੰਨੇ ਸਾਲਾਂ ਚ ਪੂਰਾ ਹੋ ਰਿਹਾ ਮੈਚਰਲੀ 10 ਈਅਰਸ ਲੱਗ ਜਾਣਗੇ ਹਾਂ ਸੋ ਸਾਡੇ ਕੋਲ ਇਹਨਾਂ ਚੀਜ਼ਾਂ ਦੇ ਜਵਾਬ ਨਹੀਂ ਹੁੰਦੇ ਕਿ ਜਿਹੜਾ ਮੈਂ ਪੈਸਾ ਖਰਚਿਆ ਹੀ ਆ ਉਹਦੀ ਕੱਲੀ ਵਾਪਸੀ 10 ਸਾਲ ਅਗਰ ਲੱਗ ਰੇ ਤੁਹਾਨੂੰ ਲੱਗਦਾ ਕਿ ਇਹ ਸਿਆਣੀ ਗੱਲ ਹੈ ਕਿ ਤੁਸੀਂ ਇਸ ਕੋਰਸ ਤੇ ਪੜਨ ਜਾਓ। ਨੋ ਸੋ ਸਾਡੇ ਬਹੁਤ ਸਾਰੇ ਸਟੂਡੈਂਟ ਫੇਲ ਹੁੰਦੇ ਨੇ ਉਹਦੇ ਕਾਰਨ ਇਹ ਹੈ। ਲਾਸਟ ਵੀਕ ਵੀ ਹੈਡ ਅ ਵੀਜ਼ਾ ਜਿਹਦੇ ਚ ਲੜਕੀ ਨੇ ਸ਼ੀ ਵਾਸ BCA MCA ਕਰ ਚੁੱਕੀ ਹੈ ਐਂ ਉਸ ਤੋਂ ਬਾਅਦ ਸ਼ੀ ਸੱਡਗੀ ਮੈਂ ਪ੍ਰੋਗਰਾਮ ਕਿਹੜਾ ਕਰਾਂ ਵੀ ਫਿਟ ਹਰ ਇਨ MBA ਐਂਡ MBA ਦਾ ਕੋਰੀਕੂਲਮ ਬਿਲਕੁਲ ਹੀ ਅਲੱਗ ਹੋ ਜਾਂਦਾ ਬਾਕੀ ਸਾਰੇ ਪ੍ਰੋਗਰਾਮਸ ਦੇ ਨਾਲੋਂ ਬਟ ਅਗੇਨ ਉਹਦੀ ਪ੍ਰੋਗਰੈਸ਼ਨ ਕੁਝ ਇਦਾਂ ਦੀ ਸੀ ਕਿ ਵੀਜ਼ਾ ਆਫੀਸਰ ਸੈਡ ਵਾਓ ਹਾਊ ਡਿਡ ਯੂ ਗੈਟ ਦਿਸ ਆਈਡੀਆ ਸੋ ਅਲਟੀਮੇਟਲੀ ਪ੍ਰੋਗਰੈਸ਼ਨਸ ਦੇ ਉੱਪਰ ਕੰਮ ਕਰਨਾ ਮਿਹਨਤ ਕਰਨਾ ਹੀ ਜਿਹੜਾ ਸਟੂਡੈਂਟਸ ਨੂੰ ਸਕਸੈਸ ਦਿਵਾਉਂਦਾ ਹੈ ਔਰ ਇਸ ਐਮਬੈਸੀ ਦਾ ਬਹੁਤ ਸਿੰਪਲ ਫਾਰਮੂਲਾ ਹੈ ਸਟੂਡੈਂਟਸ ਜਾ ਕੇ ਐਮਬੈਸੀ ਝੂਠ ਬੋਲਦੇ ਨੇ ਅਗਰ ਏਜੰਟ ਕੋਈ ਸਿਖਾਉਂਦੇ ਨੇ ਉਹਨੂੰ ਗਲਤ ਬਿਆਨੀ ਕਰਦੇ ਆ ਤੈਨੂੰ ਸਟੂਡੈਂਟ ਨੂੰ ਸਮਝਾਉਣਾ ਪਊਗਾ ਕਿ ਸੋਚਣ ਦਾ ਤਰੀਕਾ ਆਹ ਹੈ ਆ ਓਕੇ ਸੋ ਜਨਰਲੀ ਜਦੋਂ ਵੀਜ਼ਾ ਆਫੀਸਰ ਤੁਹਾਡੇ ਸਾਹਮਣੇ ਆ ਔਰ ਲੈਕ ਇਨਸਟੈਂਟਲੀ ਤੁਸੀਂ ਉਹਨੂੰ ਫਸਟ ਟਾਈਮ ਮਿਲੇ ਹੋ ਇਮੀਡੀਏਟਲੀ ਡਿਸਾਈਡ ਕਿਸ ਤਰੀਕੇ ਨਾਲ ਹੋ ਰਿਹਾ ਸੋ ਵੀਜ਼ਾ ਆਫੀਸਰ ਤੁਹਾਡੇ ਨਾਲ ਪਹਿਲੀ ਵਾਰੀ ਮਿਲ ਰਿਹਾ ਨਾ ਕੋਈ ਰਿਸ਼ਤੇਦਾਰੀ ਨਾ ਕੋਈ ਭਾਈਚਾਰਾ ਸੋ ਅਲਟੀਮੇਟਲੀ ਜੋ ਤੁਸੀਂ ਬੋਲਿਆ ਜੋ ਕਮਿਊਨੀਕੇਟ ਕੀਤਾ ਜਿਹੜਾ ਜਿਹੜਾ ਅਖਰ ਤੁਹਾਡੀ ਜ਼ੁਬਾਨ ਚੋਂ ਬਾਹਰ ਡਿੱਗ ਰਿਹਾ ਹੈ ਅਗਰ ਤੁਹਾਡਾ ਸਰੀਰ ਤੁਹਾਡੀ ਆਤਮਾ ਤੁਹਾਡੇ ਚਿਹਰੇ ਦੇ ਹਾਫ-ਭਾਫ ਤੁਹਾਡੀ ਬਾਡੀ ਲੈਂਗੁਏਜ ਅਗਰ ਪੂਰੇ ਦਾ ਪੂਰਾ ਸਾਰਾ ਕੋਈ ਤਨੂਨ ਨੂੰ ਸਪੋਰਟ ਕਰਨ ਤੇ ਲੱਗ ਜਾਂਦਾ ਹੈ ਇਹ ਗੱਲ ਸੱਚ ਜਾਪਦੀ ਹੈ ਹਮ ਹਮ ਔਰ ਇਦਾਂ ਹੀ ਅਗਰ ਤੁਹਾਡਾ ਉਹ ਮੂੰਹ ਕੁਝ ਬੋਲ ਰਿਹਾ ਔਰ ਤੇੜੇ ਜ ਉਹ ਚੀਜ਼ਾਂ ਮੈਚ ਨਹੀਂ ਕਰਦੀਆਂ ਚੀਜ਼ ਝੂਠ ਜਾਪਦੀ ਹੈ ਯਕੀਨ ਮਨੋ ਵੀਜ਼ਾ ਆਫੀਸਰਸ ਟ੍ਰੇਨਡ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਨੂੰ ਇਹ ਲੱਭਣਾ ਆਉਂਦਾ ਕਿ ਤੁਸੀਂ ਸੱਚ ਬੋਲ ਰਹੇ ਹੋ ਕਿ ਝੂਠ ਬੋਲ ਰਹੇ ਹੋ ਸੋ ਅੰਬੈਸੀ ਆ ਕਿ ਝੂਠ ਬਿਲਕੁਲ ਨਹੀਂ ਬੋਲਣਾ ਆਪਣੇ ਸੋਚਣ ਸਮਝਣ ਦੀ ਇੱਛਾ ਸ਼ਕਤੀ ਨੂੰ ਗਰੋਅ ਅਪ ਕਰਨਾ ਹੈ ਕਿ ਅੱਛਾ ਇਦਾਂ ਵੀ ਸੋਚਿਆ ਜਾ ਸਕਦਾ ਹੈ ਸੋ ਤੁਸੀਂ ਇਕੱਲੇ ਆਲੂ ਬੀਜਦੇ ਹੋ ਆਲੂ ਬੀਜਦੇ ਹੋ ਤੁਸੀਂ ਸਿਰਫ ਇੰਨਾ ਇੰਨਾ ਵਿਚਾਰ ਕਰਦੇ ਹੋ ਕਿ ਆਲੂ ਨੂੰ ਕੋਈ ਨਾ ਕੋਈ ਚੱਕ ਕੇ ਲੈ ਜਾਵੇ ਸੋ ਤੁਸੀਂ ਜਿੱਦਨ ਇਹ ਸੋਚਣ ਲੱਪੇ ਕਿ ਇਹਨੇ ਮੈਂ ਫਰੈਂਚ ਫਰਾਈਜ਼ ਬਣ ਸਕਦੇ ਆ ਸੋ ਵਿਜੂਅਲਾਈਜ਼ ਤੇ ਤੁਹਾਨੂੰ ਆ ਜਾਣਾ ਇਹ ਝੂਠ ਨਹੀਂ ਕਹਿੰਦੇ ਝੂਠ ਬੋਲ ਰਹੇ ਹੋ ਸੋ ਜਿੱਦਨ ਤੁਹਾਨੂੰ ਵਿਜ਼ਨ ਆ ਗਿਆ ਕਿ ਯਾ ਸਭੀ ਇੱਕ ਤਰੀਕਾ ਹੈਗਾ ਮੈਨੇ ਕੋਸਟਿੰਗ ਤੇ ਕੰਮ ਕੀਤਾ ਜਾ ਸਕਦਾ ਹੈ ਉਹਦੀ ਪ੍ਰੋਡਕਸ਼ਨ ਤੇ ਕੰਮ ਕੀਤਾ ਜਾ ਸਕਦਾ ਪ੍ਰੋਸੈਸਿੰਗ ਤੇ ਕੰਮ ਕੀਤਾ ਜਾ ਸਕਦਾ ਮਾਰਕੀਟਿੰਗ ਤੇ ਕੰਮ ਕੀਤਾ ਜਾ ਸਕਦਾ ਸੋ ਇਹ ਇਹ ਫਿਰ ਝੂਠ ਨਹੀਂ ਲੱਗਦਾ ਇੱਕ ਹੈਗਾ ਕਿ ਤੁਸੀਂ ਸਿੱਦੇ ਆਲੂ ਵੇਚਦੇ ਆਗੇ ਕਹੋ ਜੀ ਅਸੀਂ ਦੇਖਾਂਗੇ ਜੀ ਕਿ ਕੰਪਨੀ ਖੋਲਾਂਗੇ ਜੀ ਕੋਈ ਨਾ ਕੋਈ ਤੇ ਕਰਾਂਗੇ ਅਸੀਂ ਸੋ ਤੁਹਾਨੂੰ ਉਹ ਵਿਜੂਅਲਾਈਜ਼ ਕਰਨਾ ਹੈ ਤੁਹਾਨੂੰ ਉਸ ਚੀਜ਼ ਤੱਕ ਪਹੁੰਚਣਾ ਰਿਸਰਚ ਕਰਨਾ ਸੋ ਜਦੋਂ ਤੁਸੀਂ ਇਸ ਲੈਵਲ ਤੱਕ ਪਹੁੰਚਦੇ ਹੋ ਫਿਰ ਵੀਜ਼ਾਸ ਮਿਲਦੇ ਆ ਓਕੇ ਸੋ ਅਸੀਂ ਕਹਿੰਦੇ ਜ਼ਰੂਰ ਆ ਕਿ ਗੱਲੀਬਾਤੀ ਮਿਲਦੇ ਪਰ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਆ ਉਹ ਤੁਹਾਨੂੰ ਪਤਾ ਹੋਵੇ ਉਹ ਰਿਸਰਚ ਕਿਸ ਫੀਲਡ ਚ ਕਰਨੀ ਤੁਹਾਨੂੰ ਉਹ ਪਤਾ ਹੋਵੇ ਫਿਰ ਫਿਰ ਸਭ ਚੀਜ਼ਾਂ ਆਸਾਨ ਨੇ ਸੋ ਪ੍ਰੋਬਲਮ ਉੱਥੇ ਹੀ ਆ ਕਿ ਜਿੰਨ ਤੱਕ ਸਾਡੇ ਕੋਈ ਵਿਜ਼ਨ ਹੈ ਨਹੀਂ ਆ ਸੋ ਅਸੀਂ ਵਿਜੂਅਲਾਈਜ਼ ਨਹੀਂ ਕਰਦੇ ਅਸੀਂ ਰਟਿਆ ਰਟਿਆ ਨੈਟ ਤੋਂ ਲੱਭਦੇ ਆ ਨੈਟ ਤੋਂ ਜੋ ਲੱਭਣਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਫਾਈਂਡ ਗੁੱਡ ਜੌਬ ਇਨ ਐਮਐਨਸੀਜ਼ ਆ ਇਸ ਤੋਂ ਇਲਾਵਾ ਕਿ ਦਿਓ ਕੋਈ ਲਿਖਿਆ ਹੀ ਨਹੀਂ ਹੁੰਦਾ ਸੋ ਅੱਛਾ ਇੱਕ ਚੀਜ਼ ਹੈ ਕੇਸ ਸਟਡੀ ਹੋ ਗਈ ਤੁਸੀਂ ਇਹ ਸਭ ਕਲੀਅਰ ਕਰ ਰਹੇ ਹੋ ਇੱਕ ਡੈਮੋ ਦਿਨੇ ਆਪ ਆਪਣੇ ਈਵਰਸ ਨੂੰ ਕਿ ਸੁਪੋਜ਼ ਤੁਸੀਂ ਇੱਕ ਸਟੂਡੈਂਟ ਨੂੰ ਤਿਆਰ ਕਰਨਾ ਹੈ ਇੰਟਰਵਿਊ ਵਾਸਤੇ ਠੀਕ ਹੈ ਨਾ ਇਹ ਆਪਾਂ ਸਾਦੀ ਗੱਲਾ ਕਰ ਰਹੇ ਹਾਂ ਸੋ ਹਰ ਇੰਡੀਵਿਜੂਅਲ ਡਿਫਰੈਂਟ ਆ ਉਹਨੂੰ ਡਿਫਰੈਂਟ ਤਰ੍ਹਾਂ ਦੀ ਟ੍ਰੇਨਿੰਗ ਦੇਣੀ ਪੈਗੀ ਤੁਹਾਨੂੰ ਕਿਉਂਕਿ ਉਹ ਡਿਫਰੈਂਟ ਰੀਜ਼ਨਸ ਨੇ ਉਹਦੇ ਸੋ ਇੱਕ ਆਪਾਂ ਐਗਜ਼ਾਮਪਲ ਲੈਨੇ ਇੱਕ ਡੈਮੋ ਦੇਨੇ ਆ ਕਿ ਆਪਣੇ ਆਡੀਅנס ਨੂੰ ਕਿ ਕਿਸ ਤਰ੍ਹਾਂ ਇੱਕ ਤੁਸੀਂ ਇੰਟਰਵਿਊ ਵਾਸਤੇ ਤਿਆਰ ਕਰਨਾ ਹੈ ਸਪੋਜ਼ ਤੁਸੀਂ ਕਿ ਕੈਂਡੀਡੇਟ ਨੂੰ ਤਿਆਰ ਕਰ ਰਹੇ ਹੋ ਯੈਸ ਮੈਨੂੰ ਪ੍ਰੋਫਾਈਲ ਦੱਸੋ ਜਿੰਦਾ 2 ਮਿੰਟ ਲੱਗਨੇ ਆਪਾਂ ਮੰਨ ਲਓ ਕੰਪਿਊਟਰ ਇੰਜੀਨੀਅਰਿੰਗ ਵਾਸਤੇ ਜਾ ਰਿਹਾ ਨਹੀਂ ਪਹਿਲਾਂ ਕੀ ਕੀਤਾ ਬੇਸਿਕ ਐਜੂਕੇਸ਼ਨ ਜਿਹੜੀ ਪਲੱਸ 2 ਕੀਤੀ ਪਲੱਸ 2 ਕੀਤੀ ਕਹਦੇ ਚ ਕੀਤੀ ਪਲੱਸ 2 ਮੰਨ ਲਓ ਇਹਦੇ ਚ ਕੀਤੀ ਸਾਇੰਸ ਸਾਇੰਸ ਸਟੂਡੈਂਟ ਨਹੀਂ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਸਟੂਡੈਂਟ ਨੂੰ ਇਹ ਪੁੱਛਿਆ ਜਾਂਦਾ ਕਿ ਕਾਕਾ ਜੀ ਇਹ ਫਲਾਣਾ ਕਿਉਂ ਪੜਿਆ ਸੀ ਹਮ ਹਮ ਐਂਡ ਮੋਸਟ ਆ ਸਟੂਡੈਂਟਸ ਉਹਨਾਂ ਜਵਾਬ ਹੁੰਦੇ ਕਿ ਬਿਕਾਜ਼ ਆਈ ਲਾਈਕ ਇਟ ਬਿਕਾਜ਼ ਆਈ ਹੈਡ ਕੀਨ ਇੰਟਰਸਟ ਇਨ ਇਟ ਸੋ ਅਗੇਨ ਸਾਡੀ ਕਰੀਅਰ ਪ੍ਰੋਗਰੈਸ਼ਨ ਨੂੰ ਪੁਆਇੰਟ ਨਹੀਂ ਕਰਦੇ ਉਹ ਹਮ 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 ਸੋ ਸਭ ਤੋਂ ਪਹਿਲਾਂ ਇਹ ਲੱਭਣਾ ਪਊਗਾ ਕਿ ਸਪੋਸ ਜਦਾਂ ਤੁਸੀਂ ਅਸੀਂ ਮੈਂ ਹੁਣੇ ਕੇਸ ਦੀ ਗੱਲ ਕਰ ਰਹੀ ਸੀ ਕਿ ਬੀਸੀ ਪਲੱਸ 2 ਨਾਨ ਮੈਡੀਕਲ ਕੀਤੀ ਬੀਸੀਏ ਕੀਤਾ ਐਮਸੀਏ ਵੀ ਕੀਤਾ ਇੱਕੋ ਲਾਈਨ ਦੇ ਵਿੱਚ ਚੱਲ ਰਹੀ ਸਭ ਕੁਝ ਰਾਈਟ ਸੋ ਫਾਈਨਲੀ ਹੁੰਦਾ ਕਿ ਇਹ ਕਿਉਂ ਰੱਖਿਆ ਸੀ ਸੋ ਸਟੂਡੈਂਟ ਦਾ ਸਾਇੰਟੀਫਿਕ ਟੈਂਪਰਾਮੈਂਟ ਆ ਸ਼ੂਰ ਕਿ ਉਹ ਲੌਜੀਕਲ ਸਟੂਡੈਂਟ ਆ ਸੋ ਇਸ ਕਰਕੇ ਸਾਇੰਸੇਜ਼ ਰੱਖੀ ਐ ਸੋ ਪਲੱਸ 2 ਬੇਸਿਕ ਐਜੂਕੇਸ਼ਨ ਆ ਪਲੱਸ 2 ਤੋਂ ਬਾਅਦ ਤੈਨੂੰ ਕੋਈ ਅਸੀਂ ਜਦੋਂ ਬਹੁਤ ਸਾਰੇ ਏਜੰਟਸ ਕਨਫਿਊਜ਼ ਕਰਦੇ ਆ ਕਿ ਤੁਸੀਂ ਪ੍ਰੋਗਰਾਮ ਗਲਤ ਚੂਜ਼ ਕਰ ਲਿਆ ਤੁਹਾਡਾ ਪ੍ਰੋਗਰਾਮ ਲਾਈਨ ਚ ਨਹੀਂ ਆ ਕਿਸੀ ਪਲੱਸ 2 ਜਸਟ ਬੇਸਿਕ ਐਜੂਕੇਸ਼ਨ ਆ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਬ੍ਰਾਂਚ ਵਿੱਚ ਕਿਸੇ ਵੀ ਫੀਲਡ ਵਿੱਚ ਕਿਸੇ ਪਾਸੇ ਨੂੰ ਜਾ ਸਕਦੇ ਹੋ ਹਮਮ ਔਰ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਯੂਐਸ ਕੈਨੇਡਾ ਦੇ ਵੀ ਤੁਸੀਂ جا کے فردر یو کین فائنڈ ویز کہ ਤੁਸੀਂ ਇੱਕ ਪਾਸੇ ਟਰਨ ਲੈ ਕੇ ਦੂਸਰੇ ਪਾਸੇ ਨੂੰ ਜਾ ਕੇ ਲਾਈਕ ਤੁਸੀਂ ਨਰਸਿੰਗ ਤੋਂ ਲੈ ਕੇ ਨਰਸਿੰਗ سٹارਟ ਕੀਤਾ ਤੁਸੀਂ یو ਕੈਨ اینڈ اپ ਬੀਇੰਗ ਅ ਡਾਕਟਰ او سو ਤੁਸੀਂ ਕਿਸੇ ਪਾਸੇ ਨੂੰ 익ਸਪਲੋਰ ਕਰ ਸਕਦੇ ਹੋ ਸੋ ਇੱਥੇ ਸਭ ਤੋਂ ਪਹਿਲਾਂ ਤੇਰੀ ਕਿਉਰਿਓਸਟੀ ਹੈ ਕਿ ਤੁਸੀਂ ਕਿਉਰਿਓਸਟੀ ਇਸ ਪਾਸੇ ਨੂੰ ਤੁਰੇ ਕਿਉਂ ਸਪੋਜ਼ ਨਾਨ ਮੈਡੀਕਲ ਕੀਤਾ ਉਸ ਤੋਂ ਬਾਅਦ BCA ਕਰ ਲਈ ਸੋ ਨੈਕਸਟ ਕੁਸਚਨ ਹੁੰਦਾ ਕਿ BCA ਕਿਉਂ ਕੀਤੀ ਸੀ ਓਕੇ ਨਹੀਂ BCA ਕੀਤੀ ਸੀ ਬਿਕਾਜ਼ ਮੈਨੂੰ ਕੰਪਿਊਟਰ ਐਪਲੀਕੇਸ਼ਨ ਦਾ ਛੌਂਕ ਸੀ ਮੈਨੂੰ ਕੰਪਿਊਟਰ ਬਹੁਤ ਚੰਗਾ ਲੱਗਦਾ ਸੀ ਨਹੀਂ ਕਰੀਅਰ ਵਾਈਜ਼ ਕਿਸ ਤਰੀਕੇ ਨਾਲ ਯੈਸ ਕਰੀਅਰ ਵਾਈਜ਼ ਕਿ ਮੈਨੂੰ ਪ੍ਰੋਗਰਾਮਿੰਗ ਕਰਨੀ ਸੀ ਮੈਂ ਇਹ ਸਿੱਖਣਾ ਸੀ ਮੈਂ ਲਾਈਕ ਸੀ ਪਲੱਸ ਪਲੱਸ ਸਿੱਖਣਾ ਸੀ ਮੈਂ ਜਾਵਾ ਸਿੱਖਣਾ ਸੀ ਮੈਂ ਡਾਟਾਬੇਸ ਸਿੱਖਣਾ ਸੀ ਸੀਆਰਐਮ ਸੋਲੂਸ਼ਨਸ ਬਣਾਉਣੇ ਸੀ ਵਰਟੇ ਹੁਣ ਬਣਾਉਣੇ ਆ ਗਏ ਹਾਂ ਮੈਂ ਕਾਫੀ ਕਰ ਲੈਣਾ ਦੈਨ ਕੰਮ ਕਿਉਂ ਨਹੀਂ ਕਰਦੇ ਓਕੇ ਵਾਈ ਯੂ ਨੀਡ ਫਰਦਰ ਐਜੂਕੇਸ਼ਨ ਹਾਂ ਹਾਂ ਨਹੀਂ ਮੈਨੂੰ ਲੱਗ ਰਿਹਾ ਕਿ ਮੈਂ ਹਾਲੇ ਨਾਲ ਕੈਪੇਬਲ ਨਹੀਂ ਹੈਗਾ ਨਹੀਂ ਫਰਦਰ ਸਟੱਡੀ ਚਾਹੀਦੀ ਹੈ ਫਰਦਰ ਸਟੱਡੀ ਚਾਹੀਦੀ ਫਰਦਰ ਸਟੱਡੀ ਅੱਛਾ ਕਿਹੜੀ ਚਾਹੀਦੀ ਹੈ ਉਹ ਹੀ ਸਟੱਡੀ ਇੰਡੀਆ ਦੇ ਵਿੱਚ ਅਵੇਲੇਬਲ ਹੈ ਇਹ ਵਾਲੀ ਕਿਉਂ ਨਹੀਂ ਕਰਨੀ ਵਾਈ ਯੂ ਐਸ ਸੇ ਅੱਛਾ ਉੱਥੇ ਕਿਉਂ ਕਰਨੀ ਹੈ ਯਾ ਯਾ ਸੋ ਦੋਨਾਂ ਦੀ ਕਾਸਟ ਕੰਪੈਰੀਜ਼ਨ ਕੀ ਹੈ ਸੋ ਇੱਥੇ ਖਰਚਾ ਕੀ ਆ ਉੱਥੇ ਖਰਚਾ ਸੋ ਬਹੁਤ ਬਹੁਤ ਸਾਰੇ ਪੈਰਾਮੀਟਰਸ ਨੇ ਅਲਟੀਮੇਟਲੀ ਕੋਈ ਇੱਕ ਪੈਰਾਮੀਟਰ ਨਹੀਂ ਹੈਗਾ ਸੋ ਇਸ ਤਰੀ ਚੀਜ਼ਾਂ ਤੋਂ ਸਮਝਣ ਤੋਂ ਬਾਅਦ ਸਟੂਡੈਂਟ ਨੂੰ ਰਿਸਰਚ ਕਰਨੀ ਪੈਂਦੀ ਹੈ ਕਿ ਮੇਰੇ ਕੋਲ ਪੁੱਛਿਆ ਕੀ ਕੀ ਜਾ ਸਕਦਾ ਸੀ ਇੱਕ ਸਿਲੇਬਸ ਤਿਆਰ ਕਰਦੇ ਹਾਂ ਓਕੇ ਔਰ ਦੈਟ ਇਜ਼ ਆ ਰੀਜ਼ਨ ਕਿ ਵੀ ਗਿਵ ਗਾਰੰਟੀ ਅਸੀਂ ਸਟੂਡੈਂਟ ਨੂੰ ਕਹਿ ਦਿੰਦੇ ਹਾਂ ਕਿ ਇੱਕ ਅੱਖਰ ਆਊਟ ਸਿਲੇਬ ਇਸ ਚੀਜ਼ ਤੇ ਰਿਸਰਚ ਬਹੁਤ ਜ਼ਿਆਦੀ ਹੈ ਓਕੇ ਸੋ ਸਟੂਡੈਂਟਸ ਅਲਟੀਮੇਟਲੀ ਜਿਹੜੇ ਫੇਲ ਹੋ ਕੇ ਵੀ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਸੀ ਦੁਆਰਾ ਰੀਕਨਵਰਟ ਕਰਦੇ ਆ ਉਹਨਾਂ ਦੇ ਸਭ ਤੋਂ ਵੱਧ ਕਾਰਨ ਇਹ ਹੀ ਆ ਕਿ ਸਟੂਡੈਂਟਸ ਨੂੰ ਜਿਹੜੀ ਪ੍ਰਿਪੇਅਰ ਕਰਨ ਦਾ ਤਰੀਕਾ ਨਹੀਂ ਪਤਾ ਹੁੰਦਾ ਸੋ ਜਿੱਦਨ ਤੁਸੀਂ ਲੌਜੀਕਲ ਤਰੀਕੇ ਨਾਲ ਇਹ ਲੱਭਣ ਲੱਪੇ ਕਿ ਮੈਨੂੰ ਮੈਂ ਉੱਥੇ ਜਾ ਕੇ ਪ੍ਰੂਫ ਕੀ ਕਰਨਾ ਹੈ ਹੂੰ ਉਦੋਂ ਤੱਕ ਨੂੰ ਚੀਜ਼ਾਂ ਸਮਝ ਲੱਗਦੀ ਹੈ ਕਿ ਸਟੂਡੈਂਟ ਸਿਰਫ ਇਹ ਨਹੀਂ ਪਤਾ ਲੱਗਦਾ ਕਿ ਮੈਂ ਅਲਟੀਮੇਟਲੀ ਵੀਜ਼ਾ ਆਫੀਸਰ ਨੂੰ ਜਾ ਕੇ ਪ੍ਰੂਫ ਕੀ ਕਰਨਾ ਹੈ ਸੇਮ ਤਰੀਕੇ ਨਾਲ ਵੀਜ਼ਾ ਆਫੀਸਰ ਦੀ ਜੌਬ ਡਿਊਟੀ ਕੀ ਆ ਉਹ ਮ ਸ਼ੱਕ ਕਿਸ ਚੀਜ਼ ਤੇ ਕਰ ਰਿਹਾ ਹੈ ਮੇਰੀਆਂ ਸਟਰੈਂਥ ਕੀ ਨੇ ਮੈਂ ਕਿਸ ਚੀਜ਼ ਨੂੰ ਅਗਰ ਫੜਾਂ ਤੇ ਮੈਂ ਉਸ ਚੀਜ਼ ਬਾਰੇ ਲਾਈਕ ਵੀਜ਼ਾ ਆਫੀਸਰ ਮੇਰੇ ਤੇ ਕਾਬੂ ਨਹੀਂ ਪਾ ਸਕਦਾ ਬਿਕੋਜ਼ ਹਰ ਸਟੂਡੈਂਟ ਦੀ ਕਿ ਨਾ ਕਿਸੇ ਫੀਲਡ ਜੀ ਸਪੈਸ਼ਲਾਈਜੇਸ਼ਨ ਹੈ ਔਰ ਵੀਜ਼ਾ ਆਫੀਸਰ ਜ਼ਰੂਰੀ ਨਹੀਂ ਕਿ ਉਹਦੇ ਫੀਲਡ ਦਾ ਹੀ ਹੋਵੇ ਸਪੋਜ਼ ਤੁਸੀਂ ਕੈਮਿਸਟਰੀ ਦੇ ਸਟੂਡੈਂਟ ਹੋ ਇਹ ਮੰਨਿਆ ਜਾਂਦਾ ਕਿ ਵੀਜ਼ਾ ਆਫੀਸਰ ਕੈਮਿਸਟਰੀ ਵਾਲਾ ਨਹੀਂ ਹੋਊਗਾ ਸੋ ਕਿਉਂਕਿ दैट इज ਸਟਰੈਂਥ ਕਰੀ ਹੋਗੀ ਤੁਹਾਡੀ ਸਟਰੈਂਥ ਕੈਮਿਸਟਰੀ ਦੀ ਹੋਗੀ ਯਾ ਸੋ ਅਸੀਂ ਪ੍ਰੋਗਰੈਸ਼ਨ ਕੈਮਿਸਟਰੀ ਦੇ ਉੱਪਰ ਬਣਾਵਾਂਗੇ ਤਾਂ ਯੈਸ ਉਦੇ ਉੱਪਰ ਨੂੰ ਹਾਂ ਹੀ ਕਰਨੀ ਪੈਗੀ ਵੀਜ਼ਾ ਆਫੀਸਰ ਦੀ ਸਮਝ ਤੋਂ ਪਰੇ ਦੀ ਗੱਲ ਹੋ ਜਾਂਦੀ ਹੈ ਸੋ ਅਸੀਂ ਬਹੁਤ ਸਾਰੇ ਲੌਜੀਕਸ ਨੇ ਜਿਨ੍ਹਾਂ ਦੇ ਉੱਪਰ ਅਸੀਂ ਕੰਮ ਕਰਦੇ ਆ ਬਿਕਾਜ਼ ਅਲਟੀਮੇਟਲੀ ਜਦੋਂ ਸਟੂਡੈਂਟ ਸਾਡੇ ਕੋਲ ਹੁੰਦਾ ਹੈ ਨਾ ਸਟੂਡੈਂਟ ਦਾ ਵੀਜ਼ਾ ਤਾਂ ਬਣਾ ਸਰਦਾ ਹੈ ਨਾ ਸਾਡਾ ਸਰਦਾ ਹੈ ਸੋ ਮੈਂ ਤੁਹਾਡੀ ਗੱਲ ਜੋ ਫੜਦਾ ਪਿਆ ਉਹ ਇਹ ਆ ਕਿ ਜੋ ਸਟੂਡੈਂਟ ਦੀ ਸੋਚ ਆ ਤੇ ਜੋ ਵੀਜ਼ਾ ਆਫੀਸਰ ਦੀ ਸੋਚ ਹੈ ਦੋਵੇਂ ਸੋਚ ਮੈਚ ਕਰ ਜਾਂਦੀਆਂ ਨੇ ਯਸ ਅਲਟੀਮੇਟਲੀ ਤੁਹਾਨੂੰ ਸਮਝ ਲੱਗ ਜਾਂਦੀ ਹੈ ਕਿ ਮੈਂ ਐਗਜ਼ੈਕਟਲੀ ਪ੍ਰੂਫ ਕੀ ਕਰਨਾ ਹੈ ਯਾ ਬਿਕੋਜ਼ ਜਿੱਦਾਂ ਅਗਰ ਤੁਸੀਂ ਇਹਨੂੰ ਆਰਮ ਸਟੂਡੈਂਟ ਦੇ ਹਿਸਾਬ ਨਾਲ ਵੇਖੋਗੇ ਹਰ ਬੱਚਾ ਆਪੋ ਆਪਣੀ ਸਮਝ ਨਾਲ ਪੇਪਰ ਗੱਡ ਕੇ ਆਉਂਦਾ ਹੈ ਯਸ ਮੈਂ ਕਿਸੇ ਬੱਚੇ ਨੂੰ ਪੁੱਛੇ ਪੇਪਰ ਗੱਡਦਾ ਜੀ ਸੋ ਹਰ ਬੱਚਾ ਪੇਪਰ ਗੱਡ ਕੇ ਆਉਂਦਾ ਹੈ ਕਿਸੇ ਦੇ 100 ਚੋਂ 100 ਆਉਂਦੇ ਆ ਕਿਸੇ ਦੇ 100 ਚੋਂ 33 ਆਉਂਦੇ ਆ ਯਾ ਸੋ ਇਹਦਾ ਮਤਲਬ ਹੋ ਗਿਆ ਕਿ ਹਰ ਇੱਕ ਨੇ ਆਪਣੀ ਸਮਝ ਮੁਤਾਬਕ ਕੀਤਾ ਹਮ ਯਾ ਮੈਂ ਆਪਣੀ 100% ਸਮਝ ਲਈ ਯਸ ਔਰ ਜਿੱਦਾਂ ਦੀ ਮੇਰੀ ਸਮਝ ਸੀ ਮੈਂ ਉਹ ਤਾਂ 100% ਮਤਲਬ ਤੱਕ ਨੇਲ ਕੀਤਾ ਮੈਂ ਮੈਂ ਫਿਨਿਸ਼ ਕਰਤਾ ਉਹਨੂੰ ਸੋ ਹੁਣ ਇਹ ਕੌਣ ਤੈਅ ਕਰੂਗਾ ਕਿ ਉਹ ਸਮਝ ਐਮਬੈਸੀ ਵਾਲੇ ਪੈਰਾਮੀਟਰਸ ਉੱਪਰ ਖਰੀ ਉੱਤਰਦੀ ਕਿ ਨਹੀਂ ਉੱਤਰਦੀ ਇਹ ਤੁਹਾਡੀ ਰਿਸਰਚ ਹੈ ਯੈਸ ਸੋ ਉਸ ਕੰਮ ਦੇ ਵਿੱਚ ਤੁਹਾਨੂੰ ਪ੍ਰੋਫੈਸ਼ਨਲ ਅਸੀਂ ਲੋੜ ਪੈਂਦੀ ਹੈ ਕਿ ਜਿਹੜਾ ਇਹ ਡਿਸਾਈਡ ਕਰ ਸਕੇ ਕਿ ਆਹ ਚੀਜ਼ ਐ ਨੈਗੇਟਿਵਲੀ ਪੁਆਇੰਟ ਹੋ ਰਿਹਾ ਆਹ ਚੀਜ਼ ਪੋਜ਼ਿਟਿਵਲੀ ਪੁਆਇੰਟ ਹੋ ਰਿਹਾ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਮੇਰਾ ਭਰਾ ਸਪੇਨ ਚ ਹੈ ਜੀ ਮੇਰਾ ਮਾਮਾ ਮੇਰਾ ਉੱਥੇ ਹੈ ਜੀ ਮੇਰਾ ਸਭ ਨੂੰ ਲੱਗਦਾ ਕਿ ਸ਼ਾਇਦ ਅਸੀਂ ਗਲੋਰੀਫਾਈ ਕਰ ਰਹੇ ਹਾਂ ਪਰਿਵਾਰ ਨੂੰ ਹੂੰ ਕਿ ਸਾਡਾ ਇੱਕ ਬੱਚਾ ਜੀ ਉਥੇ ਲੰਡਨ ਦੇ ਵਿੱਚ ਹੈ ਇੱਕ ਬੱਚਾ ਸਾਡਾ ਜੀ ਸਪੇਨ ਦੇ ਵਿੱਚ ਹੈ ਇੱਕ ਆਸਟ੍ਰੇਲੀਆ ਗਿਆ ਹੋਇਆ ਜੀ ਚੌਥੇ ਨੂੰ ਹਣ ਇੱਥੇ ਭੇਜਣ ਲੱਗੇ ਆ ਸੋ ਜਦੋਂ ਵੀਜ਼ਾ ਪ੍ਰੂਫ ਕਰਨਾ ਤੁਹਾਨੂੰ ਇਹ ਸਿੱਧ ਕਰਨਾ ਪੈਂਦਾ ਕਿ ਤੁਹਾਡੀਆਂ ਬਾਈਂਡਿੰਗ ਟਾਈਜ਼ ਆਪਣੀ ਜਗ੍ਹਾ ਦੇ ਨਾਲ ਆ ਸੋ ਤੁਹਾਡੇ ਕਾਰੋਬਾਰ ਤੁਹਾਡੇ ਪਰਿਵਾਰ ਸਭ ਇੱਥੇ ਨੇ ਜਿਹੜਿਆਂ ਦੀ ਖਿੱਚ ਨਾਲ ਤੁਸੀਂ ਵਾਪਸ ਆਉਂਗੇ ਹੂੰ 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 ਸੋ ਪ੍ਰੂਫ ਕੁਝ ਕਰਨਾ ਹੁੰਦਾ ਬੱਚੇ ਪ੍ਰੂਫ ਕੁਝ ਕਰਕੇ ਆਉਂਦੇ ਆ ਸੋ ਜਿਹੜਾ ਜਿਦਾਂ ਕਰਕੇ ਰਿਜੈਕਸ਼ਨ ਦਾ ਸਵੱਬਾ ਬਣਦਾ ਹੈ ਔਰ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਜਿਹੜੇ ਕੰਸਲਟੈਂਟਸ ਨੇ ਬੇਸਿਕਲੀ ਬਹੁਤ ਸਾਰੇ ਜਿਹੜੇ ਕੰਸਲਟੈਂਟਸ ਇਵਨ ਉਹਨਾਂ ਨੂੰ ਗਿਆਨ ਨਹੀਂ ਹੈ ਕਿਉਂਕਿ ਹਰ ਕੋਈ ਐਪਲੀਕੇਸ਼ਨਸ ਭਰਦਾ ਹੈ ਜਿਸ ਤਰੀਕੇ ਨਾਲ ਅਸੀਂ ਯੂਕੇ ਨੂੰ ਭਰਤਾ ਜਿਸ ਤਰੀਕੇ ਨਾਲ ਕੈਨੇਡਾ ਨੂੰ ਭਰਤਾ ਕਿਉਂਕਿ ਸੋ ਕੱਲੇ ਅਕੈਡੈਮਿਕ ਪ੍ਰੋਗਰੈਸ਼ਨ ਵੇਖਦੇ ਨੇ ਕਿ ਬੱਚੇ ਨੇ ਸੋਚਿਆ ਨਾ ਕੁਝ ਵੀ ਹੋਵੇ ਬੱਚੇ ਨੇ 10ਵੀਂ ਕੀਤੀ ਉਸ ਤੋਂ ਬਾਅਦ 12ਵੀਂ ਫਟਾਫਟ 12ਵੀਂ ਕੀਤੀ ਦੀ ਬੀਏ ਫਟਾਫਟ ਬੀਏ ਕੀਤੀ ਦੀ ਐਮਏ ਫਟਾਫਟ ਸੋ ਉਹਨੂੰ ਸੋਚਣ ਦਾ ਕੰਮ ਕਰਨ ਦਾ ਮੌਕਾ ਨਾ ਮਿਲੇ ਇਹ ਬਾਕੀ ਕੰਟਰੀਜ਼ ਚਾਹੁੰਦੇ ਨੇ ओके ਕਿ ਬੱਚਾ ਪੜਦਾ ਪੜਦਾ ਹੀ ਸਿੱਧਾ ਪੜਦਾ ਹੋਵੇ ਤਾਂ ਇੱਥੇ ਸਾਡੇ এনवायरमेंट ਚ ਰਹਿ ਕੇ ਕੈਨੇਡੀਅਨ ਹੋ ਕੇ ਤੇ ਰਾਤੋ ਰਾਤ ਕੈਨੇਡੀਅਨ ਵਰਕ ਫੋਰਸ ਦਾ ਹਿੱਸਾ ਬਣ ਜਵੇ ਯੂਐਸ ਦਾ ਥਰਡ ਪ੍ਰੋਸੈਸ ਹੈ ਕਿ ਇੱਥੇ ਜਦ ਤੱਕ ਤੈਨੂੰ ਇਹ ਨਹੀਂ ਸਮਝ ਆਉਂਦਾ ਕਿ ਮੈਂ ਪੜਾਈ ਕਰਨੀ ਕਿਉਂ ਆ ਤਦ ਤੱਕ ਪੜਨ ਦਾ ਫਾਇਦਾ ਨਹੀਂ ਹੈਗਾ ਡਨ ਔਰ ਮੇਰਾ ਖਿਆਲ ਹੈ ਜਿਹੜੇ ਵੀਜ਼ਾ ਆਫੀਸਰਸ ਨੇ ਉਹ ਵੀ ਇਸ ਗੱਲ ਨੂੰ ਸਮਝਦੇ ਹੋਣਗੇ ਕਿ ਤੁਸੀਂ ਆਪਣੇ ਸਟੂਡੈਂਟਸ ਨੂੰ ਕਿਦਾਂ ਪ੍ਰਿਪੇਅਰ ਕਰਕੇ ਭੇਜਿਆ ਹੋਇਆ ਨਾ ਪੂਰਾ ਲੱਖਾਂ ਦੀ ਤਦਾਦ ਵਿੱਚ ਆ ਉੱਥੇ ਖੈਰ ਮਤਲਬ ਸਾਡੀ ਨਹੀਂ ਨਹੀਂ ਪਤਾ ਲੱਗਦਾ ਖੈਰ ਬਟ ਸਟਿਲ ਜਨੇ ਵੀ ਐਪਲੀਕੇਸ਼ਨ ਜਾਂਦੀਆਂ ਨੇ ਉਹ ਲਾਈਕ ਸਾਡੇ ਨਾਮ ਦੇ ਉੱਪਰ ਜਾਂਦੀਆਂ ਨੇ ਸੋ ਉਹਨੂੰ ਐਂਡੋਰਸ ਕਰਦੇ ਸੀ ਉਹਨਾਂ ਨੂੰ ਸੋ ਅਰਵਿੰਦਰ ਜੀ ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ ਔਰ ਮੈਨੂੰ ਪਤਾ ਹੈ ਕਿ ਮੇਰੇ ਈ ਵਿਊਅਰਸ ਨੂੰ ਇਹ ਚੀਜ਼ ਬਹੁਤ ਫਰੂਟਫੁਲ ਰਹੇਗੀ ਤੇ ਉਹਨਾਂ ਨੂੰ ਵੀਜ਼ਾਸ ਬਿਲਕੁਲ ਤੁਹਾਡੇ ਕਹਿਣ ਦੇ ਮਤਲਬਿਕ ਮਿਲਣਗੇ ਗੱਡ ਕੇ ਆਏ ਆ ਜੀ ਉੱਥੇ ਸੋ ਥੈਂਕ ਯੂ ਸੋ ਮਚ ਜੀ ਸ਼ੁਕਰੀਆ ਸਰ ਸੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਐਬ੍ਰੋਡ ਦਾ ਹਿੱਸਾ ਬਣਦੇ ਹੋ ਹੋਰ ਅਪਡੇਟਸ ਦੇ ਲਈ ਬਿਕਦਰ ਉਹ ਪੰਜਾਬ ਮੈਲ ਯੂ ਐਸ ਸੀ ਟੀਵੀ ਸਤਿ ਸ਼੍ਰੀ ਅਕਾਲ ਜੀ